ਰੋਕੇ ਕਰਿਓ ਜੀ ਫੋਨ ਰੋਕੇ ਰੋਕੇ ਰੋਜ਼ ਬਈ ਕਿਤੇ ਨਾ ਕਿਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਸਨੀ ਐਨਕਲੇਵ 'ਚ ਖੜੇ ਹਾਂ ਉਸੇ ਕੋਠੀ ਦੇ ਬਾਹਰ। ਬਾਪੂ ਸਾਡੇ ਨਾਲ, ਜਤਿੰਦਰ ਸਿੰਘ ਬੈਦਵਾਨ ਜੀ ਸਾਡੇ ਨਾਲ ਨੇ ਜੀ। ਅਸੀਂ ਖੜੇ ਹਾਂ ਕੋਠੀ ਦੇ ਮੂਹਰੇ 81-12 ਦੇ ਬਾਹਰ। ਮੁਹੱਲੇ ਵਾਲੇ ਵੀ ਉਹੀ ਲੋਕ ਖੜੇ ਨੇ ਸਾਡੇ ਆਸ ਪਾਸ ਵੀਰ ਜੀ ਹੁਣੀ। ਅਤੇ ਅਸੀਂ ਅੱਜ ਇੱਥੇ ਪਹੁੰਚੇ ਸੀ, ਸਾਨੂੰ ਬਾਈ ਤੁਹਾਡਾ ਕੀ ਨਾਂ ਜੀ? ਗੁਰਮੀਤ ਸਿੰਘ ਜੀ ਨਾਲ ਕੋਠੀ ਹੈ ਕੋਟਕਪੂਰੇ ਤੋਂ ਨੇ ਬਾਈ ਜੀ ਸਾਡੇ ਕੋਲ। ਉੱਥੇ ਵਿਜਿਟ ਵੀ ਕਰਕੇ ਆਏ ਸੀ। ਇਹਨਾਂ ਨੇ ਸਵੇਰੇ ਕਾਲ ਕੀਤੀ ਵੀ ਇੱਥੇ ਬਾਹਰ ਗ੍ਰਿਲ ਟੁੱਟੀ ਪਈ ਆ, ਬਾਪੂ ਜੀ ਦੇ ਘਰ ਦੇ ਬਾਹਰ ਲਈ ਆ ਗ੍ਰਿਲ। ਤਾਂ ਅਸੀਂ ਇੱਥੇ ਹੁਣ ਪਹੁੰਚੇ ਹਾਂ, ਅਸੀਂ ਸਵੇਰ ਦੇ ਥੋੜ੍ਹਾ ਬਿਜ਼ੀ ਸੀਗੇ। ਚਲੋ ਬਾਪੂ ਜੀ ਅੰਦਰ ਚੱਲੀਏ ਆਪਾਂ। ਇਹ ਬਾਪੂ ਜੀ ਪਹਿਲਾਂ ਹੀ ਟੁੱਟੀ ਹੋਈ ਸੀ ਗ੍ਰਿਲ? ਢਿੱਲੀ ਸੀਗੀ, ਯਾਨੀ ਕਿ ਉਹਨਾਂ ਨੇ ਆਹ ਦੇਖੋ ਆਹ ਗ੍ਰਿਲ ਤੋੜ ਕੇ ਇੱਥੇ ਰੱਖੀ ਪਈ ਆ ਅੰਦਰ। ਇਹ ਤੁਸੀਂ ਉੱਧਰ ਡਿੱਗੀ ਪਈ ਸੀ। ਅਮਿਤ ਵੀਰੇ ਹੁਣੀ ਉਸ ਦਿਨ ਵੀ ਨਾਲ ਸੀਗੇ, ਕਿਉਂਕਿ ਉਹਨਾਂ ਨੇ ਇੱਥੋਂ ਦੀ ਰਸਤਾ ਬਣਾਇਆ ਹੋਊ ਲੈ ਕੇ ਲੂ ਕੇ ਜਾਣ ਨੂੰ ਸਮਾਨ, ਹਾਂ ਵੀ ਦਿਖੇ ਨਾ। ਤੇ ਅਸੀਂ ਗੇਟ ਖੋਲਿਆ ਆ ਕੇ ਆਹ ਦਰਵਾਜੇ ਦਾ ਇੱਥੇ ਜਿਹੜਾ ਲੌਕ ਲੱਗਿਆ ਹੋਇਆ ਸੀ ਬਾਹਰਲਾ ਲੌਕ ਦਾ ਤਾਲੇ ਦਾ, ਹੁਣ ਅਸੀਂ ਖੋਲਿਆ ਕੇ ਆਹ ਲੌਕ ਤੋੜਿਆ ਹੋਇਆ ਸੀਗਾ ਜੀ ਆਹ ਕੋਠੀ ਦਾ ਜਿਹੜਾ ਇੱਥੇ ਅਸੀਂ ਤੁਸੀਂ ਉਸ ਦਿਨ ਦੇਖਿਆ ਸੀ ਵੀਡੀਓ 'ਚ ਵੀ ਲਾਈਵ। ਹਾਂਜੀ ਇੱਥੇ ਲੌਕ ਲਗਾਇਆ ਸੀ ਜੀ ਅਸੀਂ, ਇਹ ਹੁਣ ਟੁੱਟਿਆ ਹੋਇਆ ਸੀ। ਬਾਕੀ ਬਾਪੂ ਜੀ ਦੱਸਦੇ ਆ ਚਲੋ ਇੱਥੇ ਕੋਈ ਕੀਮਤੀ ਸਮਾਨ ਤਾਂ ਹੈ ਨਹੀਂ ਸੀ ਇਹਨਾਂ ਦਾ ਕੋਈ ਖਾਸ, ਪਰ ਚੋਰਾਂ ਲਈ ਤਾਂ ਉਹੀ ਚੀਜ਼ਾਂ ਕੀਮਤੀ ਆ ਜਿਹੜੀਆਂ। ਦੇਖੋ ਇੱਥੇ ਪਿਆ ਸੀ ਸਮਾਨ ਹੈ ਨਾ, ਟੈਚੀ ਟੂਚੀ ਪਏ ਸੀਗੇ, ਆਹ ਦੇਖੋ ਇੱਥੇ ਹੈ ਨਹੀਂ ਗੇ ਹੁਣ, ਇੱਥੇ ਟੈਚੀ ਪਏ ਸੀ ਇਹਨਾਂ ਦੇ। ਹਾਂਜੀ ਬਾਈ ਸਾਰੇ ਨੇ ਅੰਦਰ ਆਇਓ, ਇੱਕ ਦੋ ਨੇ ਰੁਕ ਜਾਇਓ ਨਾ, ਇੱਕ ਇੱਥੇ ਰੱਖ ਛੋਟੇ ਮੰਗਟ, ਬਾਕੀ ਹੋਰ ਲੋਕ ਨਾ ਆਉਣ ਅੰਦਰ ਹੈ ਨਾ ਜ਼ਿਆਦਾ। ਅਤੇ ਆਹ ਦੇਖੋ ਆਹ ਟੈਚੀ ਵਗੈਰਾ ਪਏ ਆ ਇਹਨਾਂ ਦੇ, ਇਹ ਵੀ ਉਹਨਾਂ ਨੇ ਚੈੱਕ ਕੀਤੇ ਹੋਣੇ। ਆਹ ਅਲਮਾਰੀ ਇਸ ਦਿਨ ਅਸੀਂ ਨਹੀਂ ਖੋਲ੍ਹ ਕੇ ਦੇਖੀ ਸੀ ਉਸ ਦਿਨ, ਕਿਉਂਕਿ ਬਾਪੂ ਜੀ ਅਗਰੈਸਿਵ ਸੀਗੇ ਅਤੇ ਅਸੀਂ ਕੁਛ ਵੀ ਨਹੀਂ ਸੀ ਚੈੱਕ ਕੀਤਾ। ਇਹ ਵੀ ਕੋਈ ਖੋਲ੍ਹ ਕੇ ਪੱਟ ਕੇ ਆਹ ਵਿੱਚੋਂ ਇਹਦੇ ਸਾਰੀਆਂ ਦੇਖੋ ਬਾਹਰ ਸਿੱਟੀਆਂ ਪਈਆਂ ਡਾਇਰੀਆਂ ਵਗੈਰਾ ਹੈ ਨਾ ਇਹਨਾਂ ਦੀਆਂ, ਲੋਕਰ ਵੀ ਆਹ ਦੇਖੋ ਆਹ ਸਾਰੇ ਕੁਛ ਜੋ ਵੀ ਸੀਗਾ ਇਹਨਾਂ ਦਾ ਸਮਾਨ ਇੱਥੇ ਪਿਆ, ਇਹ ਸਾਰਾ ਉਹਨਾਂ ਨੇ ਖਿਲਾਰਤਾ ਕੱਢ ਕੱਢ ਕੇ ਵਿੱਚੋਂ ਹੈ ਨਾ। ਅਤੇ ਇਹਦੇ ਵਿੱਚ ਜੋ ਵੀ ਆਹਦੇ ਅੰਦਰਲੇ ਲੋਕਰ ਆ ਉਹਦੇ ਪੈਸੇ ਸਿੱਕੇ ਪਏ ਆ ਵਿੱਚ। ਹਾਂਜੀ ਇਹ ਅਸੀਂ ਸਨੀ ਇਨਕਲੇਵ 'ਚ ਹਾਂ ਜੀ, ਬਾਪੂ ਜਤਿੰਦਰ ਸਿੰਘ ਬੈਦਵਾਨ ਦੇ ਘਰ। ਉਸ ਦਿਨ ਵੀ ਅਸੀਂ ਪੁਲਿਸ ਨੂੰ ਵੀ ਕਹਿ ਕੇ ਗਏ ਸੀ, ਅਤੇ ਅਸੀਂ ਇਹਨਾਂ ਦੀਆਂ ਭੈਣਾਂ ਨੂੰ ਵੀ ਫੋਨ ਕੀਤੇ, ਭਰਾਵਾਂ ਨੂੰ ਵੀ ਫੋਨ ਕੀਤੇ। ਉੱਧਰ ਜੀ ਬਾਥਰੂਮ ਆ ਜੀ ਉੱਧਰ, ਅਤੇ ਉਹਨਾਂ ਨੇ ਵੀ ਸਾਨੂੰ ਮਨ੍ਹਾ ਕਰਤਾ ਵੀ ਸਾਡਾ ਭਾਈ ਕੋਈ ਇੰਟਰਸਟ ਨਹੀਂ, ਅਸੀਂ ਨਹੀਂ ਆ ਸਕਦੇ ਨਾ ਸਾਡਾ ਲਿੰਕ। ਹਾਲਾਂਕਿ ਇਹਨਾਂ ਦੇ ਆ ਚੱਲੋ ਉੱਪਰ ਲੈ ਕੇ ਤਾਇਆ ਜੀ ਦੇ ਇਹਨਾਂ ਦੇ ਜਿਹੜੇ ਬੱਚੇ ਆ ਬੇਟੀਆਂ ਉਹ ਸਾਡੇ ਕੋਲ ਆ ਕੇ ਗਈਆਂ, ਅਤੇ ਉਹ ਸਾਡੇ ਕੋਲ ਮਿਲ ਕੇ ਗਏ ਆ ਕੇ ਹੈ ਨਾ। ਇੱਧਰ ਵਾਸ਼ਰੂਮ ਤੁਸੀਂ ਦੇਖੇ ਸੀ ਕਿੱਦਾਂ ਬਲੋਕ ਨੇ ਸਾਰਾ ਕੁਛ ਅੰਦਰ ਹੈ ਨਾ, ਉੱਦਾਂ ਹੀ ਗੰਦਗੀ ਦੇ ਢੇਰ ਸੀ ਪਹਿਲਾਂ ਵੀ। ਆਹ ਰੂਮ ਦੇ ਵਿੱਚ ਵੀ ਦੇਖੋ ਉਹ ਵੀ ਅਲਮਾਰੀ ਪੱਟਤੀ ਉਹਨਾਂ ਨੇ, ਆਹ ਵੀ ਅਲਮਾਰੀ ਪੱਟੀ ਹੋਈ ਆ, ਆਹ ਉਹਨਾਂ ਦੀਆਂ ਪੈੜਾਂ ਹੈਗੀਆਂ। ਆਹ ਦੇਖੋ ਇੱਥੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨੇ ਚੋਰਾਂ ਦੇ, ਅਤੇ ਆਹ ਬਿੱਲ ਵਗੈਰਾ ਦੇਖੋ ਡੱਬੀਆਂ ਦੇ ਵਿੱਚੋਂ ਆਹ ਬਿੱਲਾਂ ਕੱਢੀਆਂ ਹੋਈਆਂ ਕਿਤੇ ਉਦੋਂ ਦੀਆਂ ਅੰਕਲ ਉਹਨਾਂ ਨੇ ਖਰੀਦੀਆਂ ਹੋਣਗੀਆਂ। ਉਹ ਅਲਮਾਰੀ ਵੀ ਪੱਟ ਕੇ ਲੋਕਰ ਵੀ ਪੱਟੇ ਪਏ ਆ ਉਹਦੇ ਵਿੱਚੋਂ, ਹਾਲਾਂਕਿ ਅੰਕਲ ਜੀ ਦੱਸਦੇ ਆ ਵੀ ਇਹਨਾਂ ਦੇ ਘਰ 'ਚ ਕੋਈ ਕੀਮਤੀ ਸਮਾਨ ਨਹੀਂ ਸੀਗਾ ਕੋਈ ਜ਼ਿਆਦਾ, ਪਰ ਅਸੀਂ ਤੁਹਾਨੂੰ ਫਿਰ ਵੀ ਦੱਸ ਦਈਏ ਵੀ ਚੋਰਾਂ ਦੇ ਲਈ ਕੀਮਤੀ ਸਮਾਨ ਕੀ ਹੁੰਦਾ। ਜੋ ਵੀ ਵਿਕਣ ਵਾਲੀ ਚੀਜ਼ ਹੈਗੀ ਆ ਛੋਟੀ ਮੋਟੀਆਂ ਹੈ ਨਾ, ਅਤੇ ਉਹ ਸਭ ਉਹਨਾਂ ਲਈ ਤਾਂ ਕੀਮਤੀ ਹੋਈ ਆ। ਅੰਕ ਡਾਕਟਰ ਹਾਂਜੀ ਬੈਦਵਾਨ ਅੰਕਲ ਜੀ ਦੱਸਦੇ, ਜਦੋਂ ਇਹਨਾਂ ਨੂੰ 2014 'ਚ ਰੈਸਕਿਊ ਕੀਤਾ ਸੀਗਾ ਉਦੋਂ ਵੀ ਇਹਨਾਂ ਦੀ ਕੋਠੀ ਜਿਹੜੀ ਉੱਥੇ ਮੋਹਾਲੀ 'ਚ ਸੀਗੀ, ਉਹਦੇ 'ਚ ਵੀ ਦੂਏ ਦਿਨ ਬਾਅਦ ਚੋਰੀ ਹੋ ਗਈ ਸੀਗੀ। ਹਾਂਜੀ ਇੱਥੇ ਹਾਂਜੀ ਦੇਖਿਆ ਸੀਗਾ ਇਹ ਖੋਲੇ ਨਹੀਂ ਸੀ, ਆਹ ਪੱਟੇ ਆ ਦੇਖੋ ਜੀ ਉਦੋਂ ਆਪਣੇ ਆ ਸਾਰੇ ਇਹਦੇ 'ਚ ਕੁਛ ਸੀਗਾ ਤੁਹਾਡਾ ਪਿਆ ਕੱਪੜੇ ਕੱਪੜੇ ਹੋ ਗਏ ਜੀ। ਓਕੇ ਆ ਦੇਖੋ ਸਾਰੇ, ਕਿਉਂਕਿ ਮੇਰੇ ਮਨ ਦੇ ਵਿੱਚ ਉਸੇ ਦਿਨ ਤੋਂ ਸੀਗਾ ਜੀ ਵੀ ਅਸੀਂ ਆਈਏ ਜਾ ਕੇ ਕੋਠੀ ਚੈੱਕ ਕਰਕੇ ਆਈਏ ਹੈ ਨਾ, ਅਤੇ ਪਰ ਸਾਡੇ ਨਾਲ ਇੱਕ ਤਾਂ ਅੰਕਲ ਜੀ ਇਸ ਕਾਬਲ ਨਹੀਂ ਸੀਗੇ ਵੀ ਅਸੀਂ ਇਹਨਾਂ ਨੂੰ ਲੈ ਕੇ ਆਉਂਦੇ, ਅਤੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਉਹ ਸਾਡੇ ਨਾਲ ਕੋਈ ਐਗਰੀ ਨਹੀਂ ਹੋਇਆ ਵੀ ਸਾਡੇ ਨਾਲ ਖੜ੍ਹਨ ਲਈ ਤੁਰਨ ਲਈ ਹੈ ਨਾ, ਤਾਂ ਜੋ ਅਸੀਂ ਨਾਲ ਲੈ ਕੇ ਉਹਨਾਂ ਨੂੰ ਆਉਂਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਖੋਲ੍ਹਦੇ। ਅਤੇ ਹਾਂਜੀ ਅਤੇ ਇਸ ਕਰਕੇ ਅਸੀਂ ਜੀ ਇਹ ਸਾਰਾ ਕੁਛ ਕਰ ਨਹੀਂ ਸਕੇ ਉਸ ਦਿਨ। ਇਹ ਟੈਚੀ ਉਸ ਦਿਨ ਅਸੀਂ ਆਹ ਦੇਖਿਆ ਸੀ ਲੋਕ ਲੱਗਿਆ ਹੋਇਆ ਸੀਗਾ,
ਇਹਦੇ ਵਿੱਚੋਂ ਸਾਰਾ ਸਮਾਨ ਉਹਨਾਂ ਨੇ ਇੱਥੇ ਖਿਲਾਰਿਆ ਪਿਆ ਜੀ, ਕੱਪੜੇ ਕੁੱਪੜੇ ਹੈ ਨਾ ਜੋ ਵੀ ਸੀਗਾ ਇਹਦੇ ਵਿੱਚ, ਬੱਚਿਆਂ ਦੇ ਕੱਪੜੇ ਆ, ਆ ਥੱਲੇ ਵਾਲਾ ਟੈਚੀ ਆ, ਟਰੰਕ ਆ, ਇਹ ਵੀ ਉਹਨਾਂ ਨੇ ਖਿਲਾਰਿਆ, ਆ ਖੋਲਿਆ ਹੋਇਆ ਟੰਗ ਜਿੰਦੇ ਭੰਨੇ ਹੋਏ ਆ, ਅਤੇ ਉਹਨਾਂ ਨੇ ਯਾਨੀ ਕਿ ਆਪਣੇ ਵੱਲੋਂ ਸਾਰੇ ਉਹ ਚੀਜ਼ਾਂ ਕੀਤੀਆਂ ਜਿਹੜੀਆਂ ਖੁੱਲ੍ਹ ਸਕਦੀਆਂ ਸੀਗੀਆਂ। ਵੀਰ ਬਣ ਕੇ ਅਮਿਤ ਥੋੜ੍ਹਾ ਜਿਹਾ ਸਲੋ ਚੱਲੋ, ਹੈ ਨਾ, ਅਸੀਂ ਕਰ ਰਹੇ ਹਾਂ ਆਪਾਂ ਗੱਲ। ਅਤੇ ਤੁਸੀਂ ਦੱਸੋ ਅੰਕਲ, ਜਿਹੜੇ ਤੁਸੀਂ ਕਹਿੰਦੇ 8-10 ਹਜ਼ਾਰ ਰੁਪਇਆ ਪਿਆ ਸੀਗਾ, ਉਹ ਕਿੱਥੇ ਰੱਖਿਆ ਹੋਇਆ ਸੀ? ਆਹ ਦੇਖੋ ਆਹ ਫਾਈਲਾਂ ਵਗੈਰਾ ਸਾਰੀਆਂ ਨਾ ਉਹਨਾਂ ਨੇ ਇੱਦਾਂ ਖਿਲਾਰ ਖਿਲਾਰ ਸੁੱਟਤੀਆਂ, ਕਿੱਡੀ ਸ਼ਰਮ ਦੀ ਗੱਲ ਆ। ਅਸੀਂ ਪੰਜਾਬ ਇੱਥੇ ਥਾਣੇ ਵਾਲਿਆਂ ਨੂੰ ਵੀ ਕਹਿ ਕੇ ਗਏ ਸੀਗੇ ਵੀ PCR ਦਸਤੇ ਦੀ ਡਿਊਟੀ ਲਾਇਓ ਇੱਥੇ, ਨਾ ਵਿਜ਼ਿਟ ਕਰਦੇ ਰਹਿਣ ਉਹ ਸਮੇਂ-ਸਮੇਂ 'ਤੇ, ਰਾਤ ਨੂੰ ਹੂਟਿੰਗ ਕਰਦੇ ਰਹਿਣ, ਅਤੇ ਆਹ ਬੈੱਡ ਆ ਜਿੱਥੇ ਅੰਕਲ ਹੁਣੀ ਸੌਂਦੇ ਹੁੰਦੇ ਸੀਗੇ, ਹੈ ਨਾ। ਨਾ ਕੋਈ ਨਾ ਕੋਈ ਨਾ, ਆਹ ਦੇਖੋ ਆਹ ਪਏ ਨੇ ਥੋੜ੍ਹੇ ਜਿਹੇ ਪੈਸੇ, 10 ਰੁਪਏ ਪਏ। ਆਹ ਬਾਪੂ ਜੀ ਨੇ ਉੱਥੇ ਰੱਖੇ ਹੋਏ ਸੀ ਕੁਛ ਪੈਸੇ, ਯਾਨੀ ਕਿ ਜਿਹੜੇ ਮੇਨ ਚੀਜ਼ਾਂ ਸੀ, ਬਾਪੂ ਜੀ ਦੀ ਚੈੱਕ ਬੁੱਕ ਪਈ ਆ। ਇਹ ਵਾਹਿਗੁਰੂ, ਅਸੀਂ ਉੱਥੇ ਹੁਣ ਕਿਉਂਕਿ ਆ ਬਾਪੂ ਜੀ ਠੀਕ ਨੇ ਬਿਲਕੁਲ, ਸਾਡੇ ਨਾਲ ਵਧੀਆ ਗੱਲਾਂ ਹਰ ਰੋਜ਼ ਹੁੰਦੀਆਂ ਰਹਿੰਦੀਆਂ ਸੀ। ਮੈਂ ਅੰਕਲ ਨੂੰ ਪੁੱਛਿਆ ਵੀ 1-2 ਵਾਰੀ ਜੀ ਬਈ ਕੋਈ ਉੱਥੇ ਆਪਣੀ ਕੀਮਤੀ ਕੋਈ ਚੀਜ਼ ਤਾਂ ਨਹੀਂ ਹੈਗੀ, ਇਹਨਾਂ ਨੇ ਮੈਨੂੰ ਦੱਸਿਆ ਵੀ ਕੋਈ ਮੇਰੀ ਕੀਮਤੀ ਚੀਜ਼ ਕੋਈ ਖਾਸ ਉੱਥੇ ਹੈ ਨਹੀਂ, ਕੱਪੜੇ ਲੀੜੇ ਆ। ਅਤੇ ਮੈਂ ਪੁੱਛਿਆ ਸੀ ਵੀ ਪੈਸੇ ਕੋਈ, ਜਿਵੇਂ ਅੱਗੇ ਇਹਨਾਂ ਦੀ ਜਿਹੜੀ ਕੋਠੀ ਸੀ ਪੁਰਾਣੀ ਉਹਦੇ ਵਿੱਚ ਬਹੁਤ ਸਾਰੇ ਪੈਸੇ ਸੀ ਉਸ ਟਾਈਮ, ਤਾਂ ਇਸ ਵਾਰ ਉਹ ਦੱਸਦੇ ਆ ਵੀ ਮੇਰਾ ਕੋਈ ਜ਼ਿਆਦਾ ਪੈਸਾ ਨਹੀਂ ਹੈਗਾ ਉੱਥੇ, ਕੋਈ 8-10 ਹਜ਼ਾਰ ਰੁਪਇਆ ਪਿਆ ਹੋਊਗਾ, ਪਿਆ ਵੀ ਹੈ 10-10 ਹਜ਼ਾਰ ਰੁਪਇਆ ਜੀ। ਅਤੇ ਇੰਨੇ ਸੀ ਬਾਪੂ? ਨਹੀਂ ਫਿਰ ਉਹ ਤਾਂ ਜੇ ਲਿਆਂਦੇ ਤਾਂ ਸਾਰੇ ਲਿਆਂਦੇ, ਹੈ ਨਾ, ਇਹਦਾ ਮਤਲਬ ਉਹਨਾਂ ਨੂੰ ਇਹ ਲੱਭਿਆ ਨਹੀਂ ਟੈਚੀ ਜਿਹਾ ਆਪਣਾ ਹੈਗੇ ਆ ਦੇ ਪਏ, ਅਤੇ ਇਹ 10-12 ਹਜ਼ਾਰ ਰੁਪਇਆ ਹੈ ਨਾ ਉਹਦੇ ਵਿੱਚ ਬਾਪੂ ਜੀ ਜਿਹੜਾ ਦੱਸਦੇ ਸੀਗੇ ਉਹ ਹੈਗਾ ਵਾ। ਆਹ ਬਾਪੂ ਜੀ 10 ਰੁਪਏ ਇੱਥੇ ਡਿੱਗੇ ਪਏ ਸੀਗੇ, ਅਤੇ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ, ਪਰ ਬੜੀ ਸ਼ਰਮ ਅਤੇ ਬੜੀ ਦੁੱਖ ਦੀ ਗੱਲ ਆ ਵੀ ਉਹਨਾਂ ਦੇ ਉਹ ਗੰਦੇ ਕੱਪੜੇ ਵੀ ਫੋਲ ਕੇ ਗਏ ਆ ਕੇ ਚੋਰ, ਉਹ ਪੇਟੀਆਂ ਉਹ ਅਲਮਾਰੀਆਂ ਪੱਟ ਕੇ ਖੋਲ੍ਹ ਕੇ ਚੈੱਕ ਕਰਕੇ ਗਏ, ਪਤਾ ਨਹੀਂ ਕੀ ਕੁਛ ਹੋਣਾ, ਜਿਹੜਾ ਕਾਗਜ਼ੀ ਪੱਤਰੀ ਕੋਈ ਹੋਊ ਜਿਹੜਾ ਉਹ ਲੈ ਗਏ ਹੋਣੇ, ਲੋਹੇ ਦੀਆਂ ਕੋਈ ਚੀਜ਼ਾਂ, ਕੋਈ ਸਟੀਲ ਦੇ ਭਾਂਡੇ, ਪਤਾ ਨਹੀਂ ਉਹਨਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਚੋਰੀ ਕਰਤੀਆਂ ਕੀਤੀਆਂ ਹੋਣਗੀਆਂ ਇੱਥੋਂ। ਦੇਖੋ ਆਹ ਵੀ ਸਾਰਾ ਅਲਮਾਰੀ ਚੋਂ ਕੱਢਿਆ ਹੋਇਆ ਉਹਨਾਂ ਨੇ, ਆਹ ਸਾਰਾ ਅਲਮਾਰੀ ਦੇ ਵਿੱਚ ਸੀਗਾ ਸਮਾਨ, ਅਤੇ ਪਤਾ ਨਹੀਂ ਕਿੰਨੇ ਦਿਨ ਤੋਂ ਰੋਜ਼ ਆਉਂਦੇ ਹੋਣਗੇ ਉਹ ਜਾਂ ਕੀ ਕਰਦੇ ਹੋਣਗੇ ਇੱਥੇ ਆ ਕੇ, ਅਤੇ ਕਿਉਂਕਿ ਅਸੀਂ ਉਸ ਦਿਨ ਕੋਈ ਵੀ ਚੀਜ਼ ਚੈੱਕ ਨਹੀਂ ਸੀ ਕੀਤੀ, ਕਿਉਂਕਿ ਅੰਕਲ ਜੀ ਥੋੜ੍ਹਾ ਜਿਹਾ ਉੱਦਣ ਅਗਰੈਸਿਵ ਸੀਗੇ, ਅਤੇ ਅਸੀਂ ਨਹੀਂ ਸੀ ਚਾਹੁੰਦੇ ਬਾਪੂ ਜੀ ਨੂੰ ਅਸੀਂ ਪਰੇਸ਼ਾਨ ਕਰੀਏ, ਅਤੇ ਸਾਨੂੰ ਐਂ ਸੀਗਾ ਵੀ ਚੱਲ ਇਹਨਾਂ ਦਾ ਕੋਈ ਰਿਸ਼ਤੇਦਾਰ ਹੋਊਗਾ ਨਾਲ ਆਊਗਾ ਸਾਡੇ, ਅਤੇ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੈੱਕ ਕਰ ਜਾਂਗੇ, ਹੈ ਨਾ। ਇਹ ਅੰਕਲ ਤੁਸੀਂ ਇੱਥੇ ਪੈਂਦੇ ਹੁੰਦੇ ਬਾਪੂ ਜੀ? ਅਤੇ ਅਮਨਦੀਪ ਭੈਣ ਕਿੱਥੇ ਪੈਂਦੇ ਸੀ? ਉਹ ਹੇਠਾਂ ਪੈਂਦੇ ਸੀ, ਹੈ ਨਾ, ਅਤੇ ਇਹ ਓਕੇ ਸੋਫੇ 'ਤੇ ਪੈਂਦੇ ਸੀ, ਅਤੇ ਇੱਥੇ ਸੌਂਦੇ ਸੀਗੇ ਵੈਦਵਾਨ ਅੰਕਲ। ਇਹਨਾਂ ਦੀਆਂ ਜਿਹੜੀਆਂ ਮੈਡਮ ਕਿਤਾਬਾਂ ਪੜ੍ਹਦੇ ਸੀ ਉਹ, ਹੈ ਨਾ, ਉਹ ਅਸੀਂ ਉੱਦਣ ਨਾਲ ਲੈ ਗਏ ਸੀ ਕੁਦਰਤ ਤੋਂ ਹੀ, ਅਤੇ ਆਹ ਦਵਾਈਆਂ ਵਗੈਰਾ ਕੁਛ ਹੋਰ ਪਿਆ ਸਮਾਨ ਇਹਨਾਂ ਦਾ ਸਿਰਾਣੇ ਦੇ ਕੋਲ ਹੀ, ਹੈ ਨਾ। ਅਤੇ ਕੋਈ ਹੋਰ ਬਾਪੂ ਜੀ ਕੋਈ ਚੀਜ਼ ਹੈ ਤੁਹਾਡੀ ਕੋਈ ਜ਼ਰੂਰੀ? ਵਾਹਿਗੁਰੂ ਸੱਚਾ ਪਾਤਸ਼ਾਹ। ਆਹ ਫੜਿਓ ਮਾਇਟ ਸਾਹਿਬ ਫੜੋ, ਤੇ ਬਾਈ ਜੀ ਤੁਹਾਨੂੰ ਫਿਰ ਗ੍ਰਿਲ ਤੋਂ ਹੀ ਅੰਦਾਜ਼ਾ ਹੋਇਆ ਹੈ ਜੀ? ਗ੍ਰਿਲ ਤੋਂ ਹੋਇਆ ਬਾਈ ਜੀ, ਇਹ ਤਾਂ ਸਵੇਰੇ ਫੋਨ ਆਇਆ ਮਨਦੀਪ ਦਾ ਮੈਨੂੰ। ਹਾਂਜੀ, ਇਹ ਕਹਿੰਦਾ ਗ੍ਰਿਲ ਪੱਟੀ ਵੀ ਹੈ ਤੇ ਬਾਹਰ ਟਰੈਕ ਟਰਾਲੀ ਕੋਲੇ ਰੱਖ ਗਏ। ਮੈਂ ਕਿਹਾ ਤੂੰ ਗ੍ਰਿਲ ਚੱਕ ਕੇ ਅੰਦਰ ਰੱਖ ਦੇ, ਤੇ ਬਾਕੀ ਆਪਾਂ ਪੁਲਿਸ ਨੂੰ ਕਰਨੇ, ਫਿਰ ਆਪਾਂ ਅੰਦਰ ਜਾਵਾਂਗੇ, ਉਹ ਤੋਂ ਪਹਿਲਾਂ ਨਹੀਂ ਜਾਂਦੇ। ਨਹੀਂ, ਮੈਨੂੰ ਜਦੋਂ ਗੁਰਮੀਤ ਬਾਈ ਜੀ ਦਾ ਫੋਨ ਆਇਆ, ਇਹਨਾਂ ਨੂੰ ਤਾਂ ਲੇਟ ਪਤਾ ਲੱਗਿਆ ਜੀ, ਮੈਨੂੰ ਤਾਂ ਲੇਟ ਪਤਾ ਲੱਗਿਆ। ਫਿਰ ਤੁਸੀਂ ਮੈਨੂੰ ਕਾਹਤੋਂ ਨਹੀਂ ਦੱਸਿਆ? ਡੌਗਸ ਵਾਲਾ, ਉਹ ਡੌਗ ਲੈ ਕੇ ਆਇਆ ਸੀ ਮੈਂ। ਤੁਸੀਂ ਅਮਿਤ ਜੀ ਫਿਰ ਫੋਨ ਕਾਹਤੋਂ ਨਹੀਂ ਕੀਤਾ ਅਮਿਤ ਵੀਰੇ? ਮੈਂ ਤਾਂ ਬਈ ਇਹ ਸੋਚਿਆ ਵੀ ਕਿਤੇ ਗ੍ਰਿਲ ਗ੍ਰਿਲੀ ਹੈ ਜੀ, ਕਿਤੇ ਅੰਦਰ ਨਹੀਂ, ਮੈਂ ਤਾਂ ਆਇਆ ਹੀ ਨਹੀਂ ਅੱਗੇ, ਮੈਂ ਤਾਂ ਪੁਲਿਸ ਨੂੰ ਕਹਿ ਕੇ, ਮੈਂ ਕਿਹਾ ਉਹਨਾਂ ਨਾਲ ਆਊ। ਮੈਨੂੰ ਤਾਂ ਇਹ ਸੀ ਕਿਤੇ ਨਸ਼ੇੜੀਆਂ ਨੇ ਗ੍ਰਿਲ ਪੱਟੀ ਕਰਨੀ ਵੀ ਅੰਦਰ ਨਹੀਂ, ਮੈਂ ਤਾਂ ਘਰ ਤੋਂ ਬਾਹਰ ਆ ਕੇ ਇੰਨਾ ਵੀ ਨਹੀਂ ਦੇਖਿਆ ਜੀ ਵੀ ਅੱਗੇ ਵੀ ਤਾਲੇ ਵੀ ਟੁੱਟੇ ਨੇ। ਨਹੀਂ, ਜਦੋਂ ਮੈਨੂੰ ਦੱਸਿਆ ਨਾ ਗੁਆਂਢੀ ਨੇ ਗ੍ਰਿਲ ਟੁੱਟੀ ਆ,
ਗੁਰਮੀਤ ਸਿੰਘ ਜੀ ਤਾਂ ਤੁਰੰਤ ਚਲੋ ਆ ਜਾਓ ਮਾੜਾ ਜਿਹਾ ਦੇਖੋ ਬਾਪੂ ਜੀ ਫਿਰ ਗੇੜਾ ਮਾਰ ਕੇ ਕੋਈ ਹੋਰ ਚੀਜ਼ ਤੁਹਾਡੀ ਹੈ ਨਾ ਦੇਖੋ ਕਿੱਡੀ ਦੁੱਖ ਦੀ ਗੱਲ ਆ ਸਤਿ ਸ੍ਰੀ ਅਕਾਲ ਵੀਰੇ ਅੱਛਾ ਹਰਮਨ ਕੀ ਹਾਲ ਨੇ ਵੀਰੇ ਇਹ ਬਾਈ ਨੇ ਬਾਪੂ ਜੀ ਦੱਸਿਆ ਜੀ ਤੁਹਾਡੇ ਬਾਰੇ ਸਾਨੂੰ ਆਹ ਬਾਈ ਜੀ ਹਰਮਨ ਨੇ ਇਹਦਾ ਧੰਨਵਾਦ ਆ ਬਾਈ ਦਾ ਬਟਾਲੇ ਤੋਂ ਆ ਵੀਰਾ ਇਹ ਤੇ ਬਾਈ ਬੜੀ ਹਰਮਨ ਮਾੜੀ ਗੱਲ ਹੋਈ ਯਾਰ ਇੱਥੇ ਸਾਰਾ ਕੁਛ ਚੋਰੀ ਇਹਨਾਂ ਨੇ ਆਹ ਜਿੰਦੇ ਭੰਨਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਹ ਜਿੰਦਾ ਟੁੱਟਿਆ ਨੀ ਉਹਨਾਂ ਤੋਂ ਦੇਖੋ ਜੀ ਆਹ ਰੋੜਾਂ ਉਹਨਾਂ ਦੀਆਂ ਵਿੱਚ ਹੀ ਰਹਿ ਗਈਆਂ ਤੇ ਇਹ ਜਿੰਦੇ ਟੁੱਟੇ ਨੀ ਟਰੰਕ ਉਹਨਾਂ ਨੇ ਖੋਲਣ ਲੱਗੇ ਸੀ ਕਿਉਂਕਿ ਟਰੰਕ ਹੈਗੇ ਪੁਰਾਣੇ ਫੌਜੀ ਟਾਈਪ ਜਿਹੜੇ ਆਹ ਦੇਸੀ ਆਪਣੇ ਆਹ ਟਰੰਕ ਸੀ ਇਹ ਹਲਕੇ ਹੁੰਦੇ ਆ ਥੋੜ੍ਹੇ ਜਿਹੇ ਇਹਨਾਂ ਦੇ ਲੋਕ ਲੁਕ ਟੁੱਟ ਜਾਂਦੇ ਆ ਦੋ ਮਿੰਟਾਂ 'ਚ ਇਹ ਹੈਗੇ ਫੌਜੀਆਂ ਵਾਲੇ ਟਰੰਕ ਜਿਵੇਂ ਹੁੰਦੇ ਆ ਪੁਰਾਣੇ ਨਾ ਇਹ ਟੁੱਟੇ ਨਹੀਂ ਉਹਨਾਂ ਤੋਂ ਦੇਖੋ ਉਹਨਾਂ ਨੇ ਆਹ ਰੋਡ ਫਸਾਈ ਹੋਈ ਆ ਵਿੱਚੇ ਹੀ ਪਈ ਆ ਰੋਡ ਹਜੇ ਵੀ ਤੇ ਉਹ ਬੜੀ ਸ਼ਰਮ ਅਤੇ ਦੁੱਖ ਦੀ ਗੱਲ ਆ ਵੀ ਕਿਸੇ ਦੀ ਮਜਬੂਰੀ ਦਾ ਵੀ ਫਾਇਦਾ ਇੱਦਾਂ ਲੋਕ ਉਠਾ ਲੈਂਦੇ ਆ ਹੁਣ ਪਤਾ ਹੀ ਸੀ ਸਾਰਿਆਂ ਨੂੰ ਵੀਡੀਓ ਦੇਖੀ ਹੋਈ ਸੀ ਸਾਰਿਆਂ ਨੇ ਵੀ ਵੈਦਵਾਨ ਪਰਿਵਾਰ ਕਿਸ ਹਾਲਾਤ 'ਚ ਸੀਗਾ ਅਤੇ ਫਿਰ ਵੀ ਉਹ ਉਹਨਾਂ ਨੂੰ ਸ਼ਰਮ ਨਹੀਂ ਆਈ ਉਹਨਾਂ ਚੋਰਾਂ ਨੂੰ ਚੋਰ ਅਚੱਕਿਆਂ ਨੂੰ ਜਿਹੜੀ ਉਹ ਇਸ ਘਰ ਦੇ ਵਿੱਚ ਵੀ ਕਹਿੰਦੇ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਪਰ ਇਹ ਤਾਂ ਇਹ ਚੋਰ ਅਚੱਕੇ ਇਹ ਡੈਣਾਂ ਤੋਂ ਵੀ ਉੱਪਰ ਨੇ ਆਹ ਵੀ ਅਲਮਾਰੀਆਂ ਦੇਖੋ ਸਾਰੀਆਂ ਫੁੱਲੀਆਂ ਉਹਨਾਂ ਨੇ ਆਹ ਖੁੱਲੀਆਂ ਹੀ ਪਈਆਂ ਅਲਮਾਰੀਆਂ ਵੀ ਸਾਰੀਆਂ ਕਾਗਜ਼ ਪੱਤਰ ਬਾਪੂ ਜੀ ਕੋਈ ਏਦਾਂ ਦੇ ਕੋਈ ਜ਼ਰੂਰੀ ਕਾਗਜ਼ ਪੱਤਰ ਕੋਈ ਤੁਹਾਡੀਆਂ ਹੈ ਨਾ ਕੋਈ ਉਹ ਪਏ ਹੋਣ ਜਿਵੇਂ ਕੋਈ ਭਰੇ ਹੁੰਦੇ ਆਪਣੇ ਮਿਊਚੁਅਲ ਫੰਡ ਵਗੈਰਾ ਏਦਾਂ ਦੀ ਇਨਵੈਸਟਮੈਂਟ ਤਾਂ ਨਹੀਂ ਸੀ ਕੋਈ ਐਫਡੀਆਂ ਪਤਾ ਕਿੱਥੇ ਪਈਆਂ ਦੇਖੋ ਇੱਧਰ ਇਹਨਾਂ ਕਮਰਿਆਂ 'ਚ ਕੁਛ ਹੈ ਨਹੀਂ ਸੀ ਖਾਸ ਅਤੇ ਇਹਨਾਂ ਕਮਰਿਆਂ ਦੇ ਵਿੱਚ ਇਹਨਾਂ ਕਮਰਿਆਂ 'ਚ ਕੁਛ ਨਹੀਂ ਹੈਗਾ ਸੀ ਅਲਮਾਰੀਆਂ 'ਚ ਹੈ ਨਾ ਅਤੇ ਹਾਂਜੀ ਉਹ ਸਾਰੇ ਉਹਨਾਂ ਨੇ ਗੇੜੇ ਦਿੱਤੇ ਹੋਏ ਆ ਵੀਰੇ ਇਹ ਲੈ ਗਏ ਸਿਲੰਡਰ ਨਹੀਂ ਦੇਖਦੇ ਆ ਬਾਪੂ ਥੱਲੇ ਚੱਲ ਕੇ ਦੇਖਦੇ ਹੈਗਾ ਬਸ ਵੀਰੇ ਟੈਨਸ਼ਨ ਨਾ ਪਾ ਦੋ ਜਾਣੀ ਕਿ ਚੋਰ ਵੀ ਥੋੜੇ ਮੈਨੂੰ ਲੱਗਦਾ ਇਹ ਕੁਛ ਹੋਰ ਹੀ ਲੱਭਣ ਆਏ ਸੀ ਉਹ ਹੈ ਨਾ ਆ ਦੇਖੋ ਸਿਲੰਡਰ ਪਿਆ ਵਾ ਸਿਲੰਡਰ ਲੈ ਕੇ ਨਹੀਂ ਗਏ ਜੇ ਉਹ ਦੂਜੇ ਚੋਰ ਹੁੰਦੇ ਨਾ ਹਾਂ ਉਹਨਾਂ ਨੇ ਮੰਨ ਲਓ ਸਿਲੰਡਰ ਲੈ ਜਾਣਾ ਸੀ ਚੱਕ ਕੇ ਹਾਂ ਮਤਲਬ ਉਹ ਕੋਈ ਚੀਜ਼ ਹੋਰ ਲੱਭਦੇ ਸੀ ਜਾਂ ਤਾਂ ਪੈਸਿਆਂ ਪੂਸਿਆਂ ਵਾਲਾ ਸਿਸਟਮ ਹੀ ਸੀ ਉਹਨਾਂ ਦਾ ਹੈ ਨਾ ਅਤੇ ਹਾਂ ਜਾਂ ਗਹਿਣੇ ਲੱਭਦੇ ਹੋਣੇ ਗਹਿਣੇ ਤਾਂ ਕੋਈ ਨਹੀਂ ਸੀ ਬਾਪੂ ਗਹਿਣੇ ਤਾਂ ਪਿਛਲੀ ਵਾਰੀ ਹੋ ਗਏ ਸਾਫ਼ ਹੈ ਨਾ ਉਹ ਤਾਂ ਉਦੋਂ ਹੀ 15 ਸੈਕਟਰ ਕਿੰਨੇ ਨੰਬਰ 9 ਸੈਕਟਰ ਸੀ ਨਾ 9 ਫੇਸ ਮੋਹਾਲੀ ਦੇ ਵਿੱਚ ਬਾਪੂ ਜੀ ਦੀ ਰਾਮ ਮੋਹਾਲੀਆ ਸਾਹਿਬ ਦੇ ਨਾਲ ਦੀ ਕੋਠੀ ਸੀ ਜਦੋਂ ਪਿਛਲੀ ਵਾਰੀ ਇਹਨਾਂ ਨੂੰ ਰੈਸਕਿਊ ਕੀਤਾ ਸੀ ਉੱਥੋਂ ਕੋਠੀ 'ਚੋਂ ਸਾਰਾ ਕੁਛ ਹੀ ਦੂਏ ਤੀਏ ਦਿਨ ਬਾਅਦ ਚੋਰੀ ਕਰਕੇ ਲੈ ਗਏ ਸੀ ਚੋਰ ਬਾਪੂ ਜੀ ਦੱਸਦੇ ਸੀ ਸੋਨਾ ਸੀ ਕਾਫੀ ਜ਼ਿਆਦਾ ਡਾਇਮੰਡ ਹੋਰ ਚੀਜ਼ਾਂ ਸੀ ਉਸ ਟਾਈਮ ਪੈਸੇ ਸੀ ਬਹੁਤ ਉਹਨਾਂ ਦੇ ਉੱਤੇ ਇੱਕ ਓਂਕਾਰ ਸਤਨਾਮ ਲਿਖਿਆ ਹੋਇਆ ਸੀਗਾ ਆਹ ਪਏ ਨੇ ਬਾਪੂ ਸਿਲੰਡਰ ਤਾਂ ਇੱਕ ਉਹ ਪਿਆ ਬਾਪੂ ਪਿੱਛੇ ਆ ਦੇਖੋ ਇਹੋ ਜਿਹੀਆਂ ਚੀਜ਼ਾਂ ਵੀ ਨਹੀਂ ਕੋਈ ਚੱਕੀਆਂ ਉਹਨਾਂ ਨੇ ਜਿਹੜੀਆਂ ਤਿੰਨ ਸੀਗੇ ਅੱਛਾ ਇੱਕ ਆਹ ਦੇਖੋ ਇੱਥੇ ਸੀ ਹੈ ਨਾ ਆਹ ਦੇਖੋ
ਫਿਰ ਉਹ ਜਾਂਦੇ ਜਾਂਦੇ ਇੱਥੋਂ ਮੂਹਰ ਦੀ ਗ੍ਰਿਲ ਟੁੱਟੀ ਹੋਈ ਸੀ, ਉਹ ਵੀ ਲੈ ਗਏ ਉਹਨੇ ਚੱਕ ਕੇ ਹਨਾ। ਬਾਪੂ ਕੋਈ ਭਾਂਡੇ ਕੋਈ ਭਾਂਡੇ ਭੁੰਡੇ ਨਾ ਪਿੱਤਲ ਦੇ ਵਧੀਆ ਥਾਲੀਆਂ ਹੈਗੀਆਂ ਕੀ? ਨਹੀਂ ਨਹੀਂ ਆਹ ਸੀਗਾ ਸੀਗਾ, ਹਾਂ ਇਹ ਤਾਂ ਉਦਣ ਹੀ ਸੀਗਾ। ਮਲਵਾ ਕਿੱਥੋਂ ਆਉਣ, ਅੰਦਰ ਥੋੜੀ ਟੋਏ ਪੱਟੇ ਉਹਨਾਂ ਨੇ। ਆਹ ਦੇਖੋ ਜੀ ਉੱਥੇ ਸਿਲੰਡਰ ਦਾ ਨਿਸ਼ਾਨ ਬਣਿਆ ਹੋਇਆ, ਨਹੀਂ ਉਹਦੇ ਨਿਸ਼ਾਨ ਬਣਿਆ ਹੋਇਆ ਉੱਥੇ ਸੀਗਾ, ਉੱਥੇ ਸਿਲੰਡਰ, ਉੱਥੇ ਨਾ ਸਿਲੰਡਰ ਦਾ ਨਿਸ਼ਾਨ ਬਣਿਆ ਹੋਇਆ ਉਵੇਂ। ਚਲੋ ਇਹ ਤਾਂ ਪਤਾ ਨੀ ਕਿੰਨੇ ਸਾਲ ਪੁਰਾਣਾ ਵਾ ਹਨਾ। ਇੱਥੋਂ ਕੋਈ ਚੀਜ਼ ਚੱਕੀ ਆਇਆ, ਆਹ ਦੇਖ ਇੱਥੇ ਹੈ ਨੀ ਉਹ ਚੀਜ਼, ਇੱਥੇ ਟੈਚੀ ਪਏ ਸੀਗੇ, ਏਦਾਂ ਕਈ ਪਏ ਸੀ ਟੈਚੀ ਇੱਥੇ ਹਨਾ। ਉਹ ਟੈਚੀ ਇੱਥੇ ਬਾਪੂ ਟੈਚੀ ਪਿਆ ਸੀ ਕੋਈ, ਅੱਛਾ ਟੀਵੀ ਪਿਆ ਸੀ ਇੱਥੇ, ਹਾਂ ਉਧਰ ਰੱਖਤਾ ਹੋਣਾ ਚੱਕ ਕੇ ਉਹਨਾਂ ਨੇ। ਉਹ ਪੇਟੀ ਖੋਲਣ ਦੇ ਮਾਰਿਆਂ ਨੇ ਚੱਕਿਆ ਹੋਊ ਨਾ ਇੱਥੋਂ ਸਮਾਨ, ਆਹ ਵੀ ਟੈਂਚੀ ਖੋਲੇ ਉਹਨਾਂ ਨੇ ਹਨਾ। ਇਹ ਉਵੇਂ ਆਏ ਹੋਏ ਆ ਉਧਰੋਂ ਹਨਾ ਟੈਚੀ, ਇਹਨਾਂ ਚ ਬਾਪੂ ਕੁਛ ਜ਼ਰੂਰੀ ਸਮਾਨ ਸੀਗਾ, ਕੱਪੜੇ ਸੀਗੇ। ਆਪਾਂ ਇੱਕ ਵਾਰੀ ਹੁਣ ਨਾ ਇਕੱਲਾ ਇਕੱਲਾ ਕਰਕੇ ਵਾਰੀ ਵਾਰੀ ਦੇਖ ਲਈਏ। ਦੇਖੋ ਟੈਚੀ ਟੁਚੀ ਵੀ ਬਾਪੂ ਉਹਨਾਂ ਦੇ ਉਸ ਟਾਈਮ ਦੇ ਹਨਾ, ਪੂਰੇ ਏ ਕਲਾਸ ਟੈਚੀ ਨੇ ਸਾਰੇ। ਬਾਪੂ ਜੀ ਤੁਹਾਡੇ ਪੇਪਰ ਵਗੈਰਾ ਪਏ ਨੇ ਕੁਛ ਬੈਂਕ ਦੇ ਨਾਲ ਰਿਲੇਟਡ, ਕੋਈ ਨਾ ਕਰਦੇ ਵੀਰੇ ਕਰਦੇ ਆ। ਮੈਂ ਚਲੋ ਤੁਹਾਡੀ ਨਿਗਾਹ ਚ ਹੋਣੇ ਚਾਹੀਦੇ ਨਾ ਇੱਕ ਵਾਰੀ ਆ ਤਸਵੀਰਾਂ ਕੋਈ ਤੁਹਾਡੀਆਂ ਨਾ ਬਾਪੂ। ਆ ਬਾਪੂ ਤੁਹਾਡੀ ਫੋਟੋ ਆ, ਆ ਤੁਹਾਡੀ ਹੈ ਨਾ, ਦੇਖੋ ਆ ਬਾਪੂ ਜੀ ਦੇ ਕੋਈ ਗਰੁੱਪ ਦੀ ਫੋਟੋ ਆ ਪੁਰਾਣੇ ਦੀ, ਤੇ ਤੁਹਾਨੂੰ ਹਾਂਜੀ ਹਾਂਜੀ ਉੱਥੇ ਜਿਹੜੇ ਇੰਜੀਨੀਅਰਿੰਗ ਦੇ ਵਿੱਚ ਕੰਮ ਆਉਂਦੇ ਆ ਹਨਾ। ਇਹ ਬਾਪੂ ਜੀ ਇੰਦਰਦੀਪ ਦੀ ਫੋਟੋ ਆ, ਆਹ ਹੈਨਾ ਇੰਦਰਦੀਪ ਦੀ 17,800 ਬੋਂਬੇ, ਇਹ ਉਹਨਾਂ ਦੇ ਉਹਦਾ ਵੀ ਕੋਈ ਹੈਗਾ, ਇਹ ਬੋਂਬੇ ਸੈਕੰਡਰੀ ਐਂਡ ਹਾਇਰ ਸਕੂਲ ਦਾ ਉਹਦਾ ਇੰਦਰਦੀਪ ਦੀ ਮਾਸਕ ਸ਼ੀਟ ਆ ਜੀ। ਬਾ ਰੱਬਾ ਇਹੋ ਜਿਹੇ ਘਟੀਆ ਲੋਕਾਂ ਨੂੰ ਦੁਨੀਆਂ ਤੋਂ ਚੱਕ ਲਾ ਕਿੱਥੇ ਭਰਨਗੇ। ਆ ਤੁਹਾਡੀ ਕੋਈ ਪਾਸਬੁੱਕ ਪਈ ਆ, ਪੁਰਾਣੀਆਂ ਹੀ ਆ ਖਾਲੀ ਆ। ਬਾਪੂ ਜੀ ਵੀ ਇਸ ਟਾਈਮ ਭੁੱਲੇ ਬਿਸਰੇ ਬੈਠੇ ਆ ਵੀ ਇਹਨਾਂ ਦੇ ਕੋਈ ਜ਼ਰੂਰੀ ਕਾਗਜ਼ ਕਿੱਥੇ ਆ ਕਿੱਥੇ ਨਹੀਂ, ਹੈ ਨਾ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ। ਆਹ ਦੇਖੋ ਬਾਪੂ ਜੀ ਤੁਹਾਡੀਆਂ ਜ਼ਰੂਰੀ ਕੋਈ ਕਾਗਜ਼ ਪੱਤਰ ਹੀ ਪਏ ਆ ਇਹ। ਆਹ ਦੇਖੋ ਆਹ ਬੌਂਡ ਵਗੈਰਾ ਨਹੀਂ ਕੁਛ ਹੈਗੇ ਇੰਡੀਅਨ 75,000 ਦਾ ਇੱਕ ਬੌਂਡ ਲੱਗਦਾ ਕੋਈ, ਇਹ ਮੈਨੂੰ ਡਿਪੋਜ਼ਿਟ ਰਿਸਿਪਟ ਠੀਕ ਹੈ ਬਾਪੂ ਜੀ ਬੰਦ ਕਰ ਦਿੰਦੇ ਹਾਂ ਆਪਾਂ ਹੈ ਨਾ। ਆਪਣਾ ਜੀ ਜਿਹੜਾ ਬਾਪੂ ਜੀ ਕੋਈ ਜ਼ਰੂਰੀ ਹੈਗਾ ਹੈ ਨਾ ਇੱਦਾਂ ਦੇ ਪੇਪਰ ਉੱਧਰ ਦੇਖ ਲਓ, ਇਹ ਫਿਰ ਆਪਾਂ ਤੁਸੀਂ ਉੱਥੇ ਨਾਲ ਲੈ ਜਿਓ, ਉੱਥੇ ਬੈਠ ਕੇ ਇਨਵੈਸਟੀਗੇਟ ਕਰ ਲਿਓ ਸਾਰਾ।
ਦੇਖੋ ਆ ਟੈਚੀ ਵਗੈਰਾ ਉਹਨਾਂ ਤੋਂ ਖੁੱਲੇ ਨੀ ਹੈਗੇ, ਨਹੀਂ ਤਾਂ ਭਾਨ ਭੂਨ ਵੀ ਨੀ ਛੱਡਣੇ ਸੀ ਉਹਨਾਂ ਨੇ, ਜਾਂ ਫਿਰ ਚੋਰ ਹੀ ਤਕੜੇ ਸਟੈਂਡਰਡ ਦੇ ਸੀ ਹਨਾ, ਵੀ ਨਹੀਂ ਤਾਂ ਭਾਨ ਭੂਨ ਉਹਨਾਂ ਨੇ ਕਿੱਥੇ ਛੱਡਣੀ ਸੀਗੀ ਹਨਾ, ਜਿਹੜੇ ਆਪਣੇ ਵਾਲੇ ਨੋਰਮਲ ਚੋਰ ਆ ਜਿਹੜੇ ਰੱਸਾ ਟੱਪ ਚੋਰ ਆ ਉਹ ਤਾਂ ਭਾਂਡੇ ਵੀ ਲੈ ਜਾਂਦੇ ਆ, ਸਹੀ ਗੱਲ ਆ ਤੇਰੀ। ਇੱਥੇ ਜ਼ਰੂਰੀ ਕਾਗਜ਼ ਕੋਈ ਪੈ ਗਿਆ, ਠੀਕ ਹੈ ਬਾਪੂ ਜੀ, ਦੇਖ ਲਓ ਦੇਖ ਲਓ ਹੈਗੇ ਨੇ, ਲਿਆ ਮੈਂ ਖੋਲ ਕੇ ਦੇਖ ਲਊਂ, ਤੁਸੀਂ ਫਿਕਰ ਨਾ ਕਰੋ ਬਾਪੂ ਜੀ, ਭਰਾਓ ਨਾ, ਇਹ 'ਚ ਰਜਿਸਟਰੀ ਆ ਕੋਠੀ ਦੀ ਹੈਨਾ, ਹਾਂ ਹੈਗੀ ਆ ਭਾਈ, ਇਹੀ ਪਈ ਆ ਬਾਪੂ ਜੀ, ਇੱਕ ਮਿੰਟ, ਹਾਂਜੀ ਆਹ ਪਈ ਆ ਜੀ ਹੈਨਾ, ਇਹ ਰਜਿਸਟਰੀ ਹੈਗੀ ਆ ਬਾਪੂ ਜੀ, ਓਰਿਜਨਲ ਪਈ ਆ ਰਜਿਸਟਰੀ, ਹਾਂਜੀ ਹਾਂਜੀ, ਨਹੀਂ ਨਹੀਂ ਬਾਪੂ ਇਹ ਹੈਗੀ ਆ, ਇਹ ਨਾ ਤੁਸੀਂ ਆਪਣੇ ਲੋਕਰ ਵਗੈਰਾ ਲਿਆ ਹੋਇਆ ਕੋਈ, ਛੱਡਿਓ ਛੱਡਿਓ ਮੈਂ ਠੀਕ ਕਰਕੇ ਪਾਵਾਂ, ਤੁਸੀਂ ਆਪਣਾ ਨਾ ਲੋਕਰ ਵਗੈਰਾ ਲੈ ਕੇ ਉੱਥੇ ਇੱਦਾਂ ਦੀ ਚੀਜ਼ਾਂ ਬਾਪੂ ਜੀ ਉਹਦੇ ਵਿੱਚ ਰੱਖ ਲਓ ਹੈ ਨਾ, ਲੋਕਰ ਦੇ ਵਿੱਚ ਕਿਤੇ, ਅਤੇ ਇਹ ਤੁਹਾਡੀਆਂ ਕੋਈ ਰਿਪੋਰਟਸ ਨੇ ਮੈਕਸ ਹੋਸਪਿਟਲ ਦੀਆਂ, ਹਾਂ ਉਹੀ ਕਹਿੰਦਾ ਵੀ ਇਹ ਤੁਹਾਡੀਆਂ, ਅੱਛਾ ਮਾਤਾ ਦੀਆਂ, ਅਮਨਦੀਪ ਦੀ ਤਾਂ ਨਹੀਂ ਕੋਈ ਹੈਗੀ ਰਿਪੋਰਟ, ਮੈਂ ਕਿਹਾ ਜੇ ਕੋਈ ਹੈਗੀ ਆਪਾਂ ਨੂੰ ਟ੍ਰੀਟਮੈਂਟ 'ਚ ਹੈਲਪ ਮਿਲ ਸਕਦੀ, ਸਿੱਧੇ ਕਰਕੇ ਰੱਖ ਦਿਓ, ਸਿੱਧੇ ਕਰਕੇ ਰੱਖ ਦਿਓ, ਆਹ ਦੇਖੋ ਜੀ ਆਹ ਤਾਂ ਮੇਰੇ ਹੱਥ 'ਚ ਬਾਪੂ, ਇਹ ਆਪਣੇ ਹੱਥ 'ਚ ਰੱਖ ਲਓ, ਹਾਂ ਨਾਲ ਲੈ ਚੱਲੋ ਜੀ, ਆਪਾਂ ਇੱਥੇ ਨਾ ਰੱਖੋ, ਹਾਂ ਉੱਥੇ ਤੁਸੀਂ ਤੁਸੀਂ ਫਿਕਰ ਨਹੀਂ ਕਰਨੇ, ਇੱਕ ਧਾਰਾ ਕੱਢਦੇ ਹਾਂ ਵੀਰੇ, ਕੱਢਦੇ ਹਾਂ ਕੱਢਦੇ, ਇਹ ਤਾਂ ਬਿੱਲ ਬੁੱਲ ਹੀ ਆ, ਇਹ ਵੀ ਕਾਗਜ਼ ਪਏ ਆ ਬਾਪੂ ਜੀ, ਕੋਈ ਜ਼ਰੂਰੀ ਤਾਂ ਨਹੀਂ, ਫੋਟੋ ਕਾਪੀ ਹੁੰਦੇ ਆ, ਖਾਸ ਨਹੀਂ, ਠੀਕ ਹੈ ਬਾਪੂ ਜੀ ਇੱਥੇ ਰੱਖ ਦਿੰਦੇ ਹਾਂ, ਅਤੇ ਹੁਣ ਅਸੀਂ ਜੀ ਉੱਪਰੋਂ ਇਹਨੂੰ ਕਰਕੇ ਲੌਕ ਲਾ ਕੇ ਅਸੀਂ ਕੈਮਰੇ ਵਾਲੇ ਵੀਰੇ ਨੂੰ ਮੰਗਟ ਸਾਡੇ ਨਾਲ ਆਇਆ, ਸਾਡਾ ਭਰਾ ਵਾ ਸਾਰੀ CCTV ਕੈਮਰਿਆਂ ਦੀ ਇਹ ਵੀ ਕੰਮ ਕਰਦਾ ਸਾਡੇ ਉੱਥੇ ਸੰਸਥਾ 'ਚ ਵੀ, ਅਸੀਂ ਇੱਥੇ ਹੁਣ 8 ਕੈਮਰਿਆਂ ਵਾਲਾ DVR ਲੈ ਕੇ ਆਏ ਹਾਂ, DVR ਲਗਾ ਕੇ ਕੈਮਰੇ ਲਗਾ ਕੇ ਨਾ ਅਸੀਂ ਪ੍ਰੋਪਰ ਇਹਨੂੰ ਨਿਗਰਾਨੀ ਹੇਠ ਰੱਖਾਂਗੇ ਹੁਣ ਇਸ ਘਰ ਨੂੰ, ਪਰ ਜੇ ਕੋਈ ਸਾਡੇ ਨਾਲ ਇਹਨਾਂ ਦਾ ਕੋਈ ਰਿਸ਼ਤੇਦਾਰ ਭੈਣ ਭਰਾ, ਆਹ ਚੱਕਿਓ ਜੀ ਡੈਰੀਆਂ ਡੂਰੀਆਂ ਸਾਰੀਆਂ ਜਿਹੜੀਆਂ ਪੈਰਾਂ ਸਿੱਟ ਗਏ ਉਹ, ਆਹ ਫੜਾ ਦਿਉ ਮੈਨੂੰ ਲਾਈਟ, ਚੱਕੋ ਇਹ ਉੱਪਰ ਰੱਖ ਦਿਉ, ਇੱਥੇ ਰੱਖ ਲਓ ਉੱਚੇ ਥਾਂ 'ਤੇ, ਨੰਗ ਲੈਣ ਦਿਉ ਪਹਿਲਾਂ ਵੈਦਵਣ ਬਾਪੂ ਨੂੰ, ਨੰਗ ਲੈਣ ਦੇਖੇ ਥੱਲੇ ਰੁੜ ਰਿਹਾ, ਇੱਧਰ ਰੱਖ ਦਿਉ, ਸਹੀ ਕਰਕੇ ਰੱਖੋ ਜੀ, ਨੰਗ ਲੈਣ ਦਿਉ ਬਾਪੂ ਜੀ ਨੂੰ, ਆਹ ਅਲਮਾਰੀ 'ਚ ਤਾਂ ਨਹੀਂ ਸੀ ਬਾਪੂ ਜੀ ਕੋਈ ਜ਼ਰੂਰੀ ਚੀਜ਼, ਕਿਉਂਕਿ ਇਹ ਚੀਜ਼ ਉਹਨਾਂ ਨੇ ਵੀਰੇ ਉਹ ਬੈਠ ਗਏ ਕੱਢੀ ਆਪਣੇ ਆਮ, ਆਹ ਦੇਖ ਕੇ ਦੇਖ ਕੇ ਥੱਲੇ ਨਾ ਕੋਈ ਚੀਜ਼ ਟੁੱਟ ਜਾਵੇ ਪੈਰ ਫਿਰ ਰੱਖ, ਜਿਹੜੇ ਸਿੱਕੇ ਜੇ ਪਏ ਆ ਨਾ, ਹੈਂ ਚੱਲਦੇ ਚੱਲਦੇ ਇਹ ਕੱਢ ਲਓ ਸਿੱਕੇ ਜੇ ਸਾਰੇ ਬਾਹਰ, ਗਾਲਾਂ ਨਹੀਂ ਕੱਢਣੀਆਂ ਵੀਰੇ, ਵੀਡੀਓ ਚੱਲਦੀ ਹੈ ਵੀਰੇ, ਕਾਗਜ਼ ਪਏ ਨੇ ਕੋਈ ਜ਼ਰੂਰਤ,
ਵਾਹਿਗੁਰੂ 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 ਉਹ ਸਤਨਾਮ ਸ਼੍ਰੀ ਵਾਹਿਗੁਰੂ ਹੇ ਵਾਹਿਗੁਰੂ ਗੁਟਕਾ ਸਾਹਿਬ ਪਏ ਨੇ ਜਾਪ ਸਾਹਿਬ ਪੁੱਛੋਨੀ ਸਾਹਿਬ ਹਾਂਜੀ ਹਾਂਜੀ ਇਹ ਸ਼ਾਇਦ ਕੋਈ ਹੋਰ ਪਾਉਂਦਾ ਹੋਵੇ ਪਤਾ ਨਹੀਂ ਪੈਨ ਵੀ ਚੱਕ ਲਿਓ ਲੰਗੋਟ ਵੀ ਕੀ ਪਿਆ ਗੁਟਕਾ ਸਾਹਿਬ ਇਸ ਰੁਮਾਲ ਦੇ ਵਿੱਚ ਰੱਖ ਲਓ ਜੀ ਸਾਫ਼ ਆ ਇਹ ਰੁਮਾਲ ਹੈ ਨਾ ਇਹਦੇ ਵਿੱਚ ਬੰਨ ਲਓ ਆਪਾਂ ਤਾਂ ਗੁਟਕਾ ਸਾਹਿਬ ਸਾਂਭ ਸਾਰੇ ਹਾਂ ਹਾਂ ਗੱਡੀ 'ਚ ਰੱਖ ਦਿਓ ਗੁਟਕਾ ਸਾਹਿਬ ਸਾਰੇ ਨਾ ਲਪੇਟ ਕੇ ਨਾ ਗੁਟਕਾ ਸਾਹਿਬ ਸਾਂਭ ਲਓ ਹਾਂਜੀ ਰੱਖ ਲਓ ਇੱਕ ਮਿੰਟ ਕੋਲ ਇੱਥੇ ਰੱਖ ਦਿਆਂ ਇੱਕ ਸਾਈਡ 'ਤੇ ਰੱਖ ਲਈਆਂ ਡੈਰੀਆਂ ਡੋਰੀਆਂ ਨਾ ਬਾਕੀ ਜੀ ਕੋਈ ਇੱਥੇ ਕੋਈ ਪੇਪਰ ਵਗੈਰਾ ਪਿਆ ਦਿੰਦਾ ਤੁਹਾਨੂੰ ਇੱਥੇ ਰੱਖ ਲਓ ਚੱਕ ਕੇ ਸਾਰਾ ਹੈ ਨਾ ਬਾਪੂ ਜੀ ਨੂੰ ਦਿਖਾ ਲਾਂਗੇ ਆਪਾਂ ਅਤੇ ਸਾਡੀ ਜੀ ਹਾਂਜੀ ਕੋਈ ਨਾ ਪਿਆ ਰਹਿਣ ਦਿਓ ਪਿਆ ਰਹਿਣ ਦਿਓ ਅਤੇ ਬਸ ਇੰਨੀਆਂ ਕੁ ਸਾਡੀਆਂ ਬੇਨਤੀਆਂ ਵਾ ਜੀ ਇੱਕ ਉੱਪਰ ਚੱਲ ਕੇ ਅਸੀਂ ਉੱਪਰਲਾ ਗੇਟ ਤਾਂ ਉਵੇਂ ਹੀ ਲੱਗਿਆ ਹੋਇਆ ਖੁੱਲ੍ਹਾ ਹੀ ਆ ਉਹ ਤਾਂ ਫਰੰਟ ਵਾਲਾ ਜਾਂਦਾ ਭੰਨ ਕੇ ਆ ਗਏ ਨਾ ਅਤੇ ਉੱਪਰਲਾ ਤਾਂ ਚਾਹੇ ਉਹ ਤਾਂ ਦੀ ਤਾਂ ਗੁਆਂਢੀਆਂ ਦੇ ਵਿੱਚ ਦੀ ਚੜ੍ਹ ਸਕਦੇ ਸੀ ਨਾ ਉਹ ਅਤੇ ਉਹ ਰਿਸਕੀ ਸੀਗਾ ਉਹਨਾਂ ਨੇ ਆਹ ਤਾਲਾ ਹੀ ਭੰਨਤਾ ਦੇਖੋ ਆਹ ਨਿਸ਼ਾਨ ਪਿਆ ਹੋਇਆ ਜੀ ਆਹ ਦੇਖੋ ਜੀ ਉਹਨਾਂ ਨੇ ਰੋਡ ਰੂਡ ਘੁਮਾਈ ਹੋਣੀ ਹੈ ਨਾ ਕੋਈ ਕਟਰ ਅਤੇ ਇਹ ਇੱਥੇ ਤਾਲਾ ਤੋੜ ਕੇ ਸ਼ਾਇਦ ਸਿੱਟਿਆ ਵੀ ਪਿਆ ਹੋਵੇ ਕਿਤੇ ਉਹਨਾਂ ਦਾ ਤੁਸੀਂ ਦੇਖੋ ਵੀ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਪਹਿਲਾਂ ਹੀ ਘਰ ਗਿਆ ਹੋਇਆ ਵਾ ਅਤੇ ਉਹਨਾਂ ਨੇ ਚੋਰਾਂ ਨੇ ਇੱਥੋਂ ਦੀ ਗਰਿੱਲ ਤੋੜੀ ਇੱਥੋਂ ਦੀ ਉਹਨਾਂ ਦੀ ਆਹ ਦੇਖੋ ਆਵਾਜਾਈ ਸੀ ਆ ਪੈਰਾਂ ਦੇ ਉਹਨਾਂ ਦੇ ਨਿਸ਼ਾਨ ਨੇ ਕਿਉਂਕਿ ਸਾਨੂੰ ਪਤਾ ਇਹਦੇ ਵਿੱਚ ਪੁਲਿਸ ਨੇ ਕੁਛ ਕਰਨਾ ਕੁਛ ਨਹੀਂ ਗਾ ਪੁਲਿਸ ਨੂੰ ਤਾਂ ਅਸੀਂ ਪਹਿਲਾਂ ਹੀ ਬੇਨਤੀ ਕਰੀ ਸੀ ਪਰ ਪਰਮਾਤਮਾ ਦੀ ਕਿਰਪਾ ਵੀ ਬਾਪੂ ਜੀ ਦੇ ਘਰ ਦੀ ਰਜਿਸਟਰੀ ਵੀ ਸੇਫ ਹੈਗੀ ਆ ਅਤੇ 10-12 ਹਜ਼ਾਰ ਰੁਪਈਆ ਸੀਗਾ ਉਹ ਵੀ ਸੇਫ ਹੈਗਾ ਹੈ ਨਾ ਉਹ ਹੁਣ ਕੀ ਲੈ ਕੇ ਗਏ ਜਾਂ ਕੁਛ ਜਿਹੜਾ ਬਾਪੂ ਜੀ ਨੌਲੇਜ ਤਾਂ ਹੈ ਨਹੀਂ ਸੀ ਜਿਹੜਾ ਕੋਈ ਬਹੁਤ ਕੀਮਤੀ ਸੀ ਜਾਂ ਕੋਈ ਬਹੁਤ ਜ਼ਰੂਰੀ ਸੀਗਾ ਹੈ ਨਾ ਅਤੇ ਆ ਜਾਓ ਬੈਦਵਾਨ ਸਾਹਿਬ ਆਪਾਂ ਲਾਉਂਦੇ ਹਾਂ ਆ ਜਾਓ ਲਾਉਂਦੇ ਹਾਂ ਅੱਛਾ ਕੀ ਕਹਿੰਦੇ ਕਿੱਥੋਂ ਵਾਲਾ ਹਾਂ ਆਹ ਦੇਖੋ ਆਹ ਨਿਸ਼ਾਨ ਬਣਿਆ ਨਾ ਦੇਖੋ ਆਹ ਉਹਨਾਂ ਨੇ ਕਟਰ ਉਹ ਮਤਲਬ ਘੁਮਾਇਆ ਕੋਈ ਸਰੀਆ ਪਾ ਕੇ ਘੁਮਾਤਾ ਜਾਂ ਕੁਛ ਕਿੱਦਾਂ ਅਤੇ ਇਹ ਤੋੜਿਆ ਨਹੀਂ ਮਿਲ ਜੂਗਾ ਆਪਾਂ ਤਾਲੇ ਮੰਗਾ ਲੈਂਦੇ ਹਾਂ ਮਾਰਕੀਟ 'ਚੋਂ ਮਿਲ ਜਾਣੇ ਤਾਲੇ ਆਪਾਂ ਵੱਡੇ ਤਾਲੇ ਲਿਆ ਕੇ ਮੇਨ ਲਾਉਂਦੇ ਨਾਲੇ ਕੈਮਰੇ ਲਾਉਣੇ ਇੱਥੇ ਬਾਹਰ ਹੁਣ ਕੈਮਰੇ ਲਾ ਕੇ ਨਾ ਦੋ ਫਿਰ ਉੱਥੇ ਬੈਠਿਆਂ ਨੂੰ ਆਪਾਂ ਨੂੰ ਦਿਖੀ ਜਾਇਆ ਕਰੂਗਾ ਘਰ ਦਾ ਸਾਰਾ ਇੱਕ ਅੰਦਰ ਲਾ ਦਿੰਦੇ ਦੋ ਕੈਮਰੇ ਦੋ ਬਾਹਰ ਲਾ ਦਿੰਦੇ ਹਾਂ ਹਾਂਜੀ ਜਿੰਨਾ ਟਾਈਮ ਵੀ ਆਪਾਂ ਉੱਥੇ ਹੋਵਾਂਗੇ ਆਪਾਂ ਨੂੰ ਪਤਾ ਲੱਗੂਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਅਤੇ ਯਾਨੀ ਕਿ ਬੜੀ ਦੁੱਖ ਅਤੇ ਬੜੀ ਸ਼ਰਮ ਦੀ ਗੱਲ ਆ ਵੀ ਬਾਪੂ ਵੈਦਵਾਨ ਜੀ ਸਾਡੇ ਨਾਲ ਆਏ ਨੇ ਅਸੀਂ ਇਸ ਘਰ ਦੇ ਵਿੱਚ ਦੁਬਾਰਾ ਉਸ ਦਿਨ ਤੋਂ ਲੈ ਕੇ ਅੱਜ ਆਏ ਹਾਂ ਅਤੇ ਅੱਜ ਵੀ ਸਾਨੂੰ ਆਉਣਾ ਪਿਆ ਕਿਉਂਕਿ ਅਸੀਂ ਆਉਣਾ ਚਾਹੁੰਦੇ ਸੀ ਜਿਸ ਦਿਨ ਤੋਂ ਮੈਂ ਅੰਕਲ ਜੀ ਨੂੰ ਲੈ ਕੇ ਗਏ ਸੀ ਅਸੀਂ ਨਾ ਉਸੇ ਦਿਨ ਤੋਂ ਮੇਰੇ ਮਨ 'ਚ ਚੱਲੀ ਜਾਂਦੀ ਸੀ ਇਹ ਗੱਲ ਵੀ ਕਿਤੇ ਇਹ ਨਾ ਹੋਵੇ ਕਿਉਂਕਿ ਵੀਡੀਓ ਲਾਈਵ 'ਚ ਸਾਰਿਆਂ ਨੇ ਦੇਖਿਆ ਹੋਇਆ ਸੀਗਾ ਵੀ ਕਿਵੇਂ ਕੀ ਹਾਲਾਤ ਸੀ ਘਰ ਦੇ ਹੈ ਨਾ ਕਿੰਨਾ ਕੁਛ ਅੰਦਰ ਪਿਆ ਸੀ ਅਤੇ ਵੀ ਕੋਈ ਇਹ ਨਾ ਹੋਵੇ ਵੀ ਕੋਈ ਸਮਾਨ ਕੀਮਤੀ ਲੈ ਜਾਣ ਚੱਕ ਕੇ 12 ਨਵੰਬਰ ਨਵੰਬਰ ਕੀਗਾ ਮਹੀਨਾ 11ਵਾਂ ਅਤੇ 12ਵਾਂ ਹੈ ਨਾ 11 ਨੂੰ ਮਹੀਨਾ ਅਤੇ ਮਤਲਬ 11 ਕੁ ਦਿਨ ਹੋਰ ਚੱਲੇ 1.25 ਮਹੀਨਾ ਹੋਇਆ ਹਜੇ 11 ਨੂੰ ਹੈ ਨਾ ਘੱਟ ਹੋਇਆ ਹੈ ਨਾ 1 ਮਹੀਨਾ 10-12 ਦਿਨ ਹੋਇਆ ਇਹਨਾਂ ਬਾਪੂ ਜੀ ਹੋਣਾਂ ਨੂੰ ਸਾਡੇ ਕੋਲ ਉੱਥੇ ਰਹਿੰਦਿਆਂ ਨੂੰ ਅਤੇ ਇਹ ਦੇਖੋ ਵੀ ਉਸੇ ਦਿਨ ਤੋਂ ਜਿਸ ਦਿਨ ਅਸੀਂ ਗਏ ਮੇਰੇ ਮਨ 'ਚ ਸੀ ਦੂਏ ਦਿਨ ਅਸੀਂ ਆਈਏ ਜਾਂ ਤੀਏ ਦਿਨ ਅਸੀਂ ਆਈਏ ਬਾਪੂ ਜੀ ਨਾਲ ਵੀ ਮੈਂ ਗੱਲ ਕੀਤੀ ਸੀਗੀ ਹੈ ਨਾ ਅਤੇ ਬਾਪੂ ਜੀ ਨੂੰ ਮੈਂ ਪੁੱਛਿਆ ਵੀ ਕੋਈ ਕੀਮਤੀ ਚੀਜ਼ ਕਹਿੰਦੇ ਜੀ ਕੋਈ ਕੀਮਤੀ ਚੀਜ਼ ਨਹੀਂ ਕੈਮਰੇ ਲਿਆਇਓ ਚੱਕ ਕੇ ਜੀ ਕਿੱਥੇ ਆ ਅਤੇ ਕਹਿੰਦੇ ਵੀ ਕੀਮਤੀ ਕੋਈ ਚੀਜ਼ ਹੈ ਨਹੀਂ ਉੱਥੇ ਮੇਰਾ ਸੋਨਾ ਗਹਿਣਾ ਤਾਂ ਇਹ ਦੱਸਦੇ ਸੀ ਕਹਿੰਦੇ ਜਦੋਂ ਪਹਿਲਾਂ ਉੱਥੋਂ ਫੇਸ 9 ਵਾਲੀ ਕੋਠੀ 'ਚੋਂ ਚੋਰੀ ਹੋ ਗਿਆ ਸੀਗਾ ਹਾਂਜੀ ਇਹ ਭੈਣ ਜੀ ਹੁਣੀ ਉਦਣ ਵੀ ਸਤਿ ਸ਼੍ਰੀ ਅਕਾਲ ਜੀ ਅਤੇ ਵੀ ਉੱਥੋਂ ਚੋਰੀ ਹੋ ਗਿਆ ਸੀ ਪੈਸੇ ਵੀ ਸਾਰੇ ਚੋਰੀ ਹੋ ਗਏ ਕਹਿੰਦੇ ਮੇਰਾ 10,000 ਰੁਪਈਆ ਹੋਊ ਵੱਧ ਤੋਂ ਵੱਧ 12,000 ਹੋਊਗਾ ਉੱਥੇ ਅਤੇ ਵੀ ਸੈਨਾ ਗਹਿਣਾ ਕੁਛ ਨਹੀਂ ਹੈਗਾ ਅਤੇ ਚਲੋ ਸਾਨੂੰ ਵੀ ਥੋੜ੍ਹੀ ਸੰਤੁਸ਼ਟੀ ਹੋ ਗਈ ਵੀ ਚਲੋ ਕੀਮਤੀ ਸਮਾਨ ਕੋਈ ਹੈ ਨਹੀਂ ਖਾਸ ਉੱਥੇ ਹੈ ਨਾ ਤਾਂ ਫਿਰ ਇਹਨਾਂ ਦੇ ਭੈਣ ਉਹਨਾਂ ਨੇ ਫੋਨ ਕੀਤਾ ਇੱਥੇ ਮੋਹਾਲੀ ਵੀ ਰਹਿੰਦੇ ਆ ਉਹਨਾਂ ਨੂੰ ਉਹ ਵੀ ਕਹਿੰਦੇ ਸਾਡਾ ਨਹੀਂ ਲਿੰਕ ਕੋਈ ਅਸੀਂ ਨਹੀਂ ਆ ਸਕਦੇ
ਤੇ ਫਿਰ ਇਹਨਾਂ ਦੇ ਬ੍ਰਦਰ ਨੂੰ ਫੋਨ ਕੀਤਾ ਹੈਦਰਾਬਾਦ ਵਾਲੇ ਨੂੰ, ਉਹ ਵੀ ਕਹਿੰਦੇ ਜੀ ਮੇਰਾ ਕੋਈ ਲਿੰਕ ਨਹੀਂ। ਉਹ ਤਾਂ ਉਲਟਾ ਇਹਨਾਂ ਦੇ ਉੱਤੇ ਕਈ ਬਲੇਮ ਇੱਦਾਂ ਦੇ ਲਾਈ ਜਾਂਦੇ ਸੀ, ਇਸ ਹਾਲਾਤ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਪਣੇ ਭਰਾ ਨੂੰ ਆਪਾਂ ਉਹਦੀਆਂ ਕਮੀਆਂ ਗਿਣਾਈਏ ਜਾਂ ਕੋਈ ਉਹਦੀਆਂ ਉਸ ਸਮੇਂ ਦੀਆਂ ਕੋਈ ਗੱਲਾਂ ਗਿਣਾਈਏ ਜਿਹੜੇ ਹਾਲਾਤ ਸੀਗੇ ਉਸ ਟਾਈਮ। ਭਰਾ ਭਰਾ ਬਹੁਤ ਕੁਛ ਹੁੰਦਾ ਹੈ ਨਾ, ਅਤੇ ਫਿਰ ਸਾਡਾ ਵੀ ਮਨ ਟੁੱਟ ਗਿਆ ਵੀ ਯਾਰ ਉਹ ਨਹੀਂ ਆ ਸਕਦੇ, ਕਿਉਂਕਿ ਇਹ ਬਾਪੂ ਜੀ ਕੋਲ ਜੇ ਇੱਕ ਕੋਠੀ ਆ ਤਾਂ ਜਿਹੜੇ ਇਹ ਕੋਈ ਮਾੜਾ ਰਿਸ਼ਤੇਦਾਰ ਹੁੰਦਾ ਉਹ ਤਾਂ ਆ ਖੜਦਾ ਨਾਲ ਵੀ ਚੱਲ ਕੋਈ ਨਾ ਕੁਛ ਨਾ ਕੁਛ ਬਾਪੂ ਜੀ ਦੇ ਘਰ ਦੇ ਵਿੱਚ ਸਾਨੂੰ ਮਿਲ ਜੂ। ਪਰ ਜਿਹੜੇ ਪਹਿਲਾਂ ਹੀ ਤਕੜੇ ਆ ਰੱਜੇ ਹੋਏ ਆ ਉਹਨਾਂ ਨੂੰ ਇਹਨਾਂ ਦੇ ਘਰ ਨਾਲ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਸੀਗਾ, ਹੈ ਨਾ। ਫਿਰ ਇਹਨਾਂ ਦੀਆਂ ਤਾਏ ਜੀ ਦੀਆਂ ਬੇਟੀਆਂ ਉੱਥੋਂ ਉੱਥੋਂ ਕਿੱਥੋਂ ਆਈਆਂ ਸੀਗੀਆਂ, ਭੈਣ ਹੋਣੀ ਆਏ ਸੀ ਜਿਹੜੇ ਤੁਹਾਡੀਆਂ ਮਿਲ ਕੇ ਗਈਆਂ ਸੀ ਇੱਕ ਦਰਾਹੇ ਤੋਂ ਨਾ, ਉਹ ਤੁਹਾਡੇ ਤਾਏ ਜੀ ਦੀਆਂ ਬੇਟੀਆਂ ਸੀ। ਹਾਂ ਉਹ ਭੈਣਾਂ ਹਜੇ ਵੀ ਕੱਲ੍ਹ ਵੀ ਪਰਸੋਂ ਵੀ ਗੇੜਾ ਮਾਰ ਕੇ ਗਈ ਇੱਕ ਭੈਣ, ਹੈ ਨਾ, ਉਹਨਾਂ ਦੀ ਬੇਟੀ ਦੀ ਗਾਂ ਬੇਟੀ ਹੈ ਨਾ, ਬਾਪੂ ਜੀ ਦੀ ਭਾਣਜੀ, ਹੈ ਨਾ, ਭਾਣਜੀ ਭਤੀਜੀ ਭਾਣਜੀ ਲੱਗੀ ਭੈਣ ਦੀ ਬੇਟੀ, ਹਾਂ ਭਾਣਜੀ ਬਾਪੂ ਦੀ, ਹੈ ਨਾ। ਉਹ ਕੱਲ੍ਹ ਪਰਸੋਂ ਵੀ ਭੈਣ ਉਹ ਆਉਂਦੇ ਰਹਿੰਦੇ ਅਕਸਰ ਹੀ ਸਾਡੇ ਕੋਲ, ਉਹਨਾਂ ਦਾ ਧੰਨਵਾਦ ਆ। ਪਰ ਉਹ ਵੀ ਕਹਿੰਦੀਆਂ ਸੀ ਭੈਣ ਹੁਣੀ, ਕਹਿੰਦੇ ਵੀ ਜੇ ਆਪਾਂ ਨਾਲ ਤਾਂ ਚਲੇ ਜਾਵਾਂਗੇ, ਜਾ ਕੇ ਕੋਠੀ ਖੜਾ ਲੈ, ਕੱਲ੍ਹ ਨੂੰ ਦੂਜੇ ਕਹਿਣਗੇ ਪਤਾ ਨਹੀਂ ਇਹ ਕੀ ਲੈ ਗਏ, ਹੈ ਨਾ। ਅਤੇ ਇਸੇ ਕਰਕੇ ਅੱਜ ਸਾਨੂੰ ਮਜਬੂਰੀ ਬੱਸ ਇੱਥੇ ਆਉਣਾ ਪਿਆ। ਜਦੋਂ ਗੁਰਮੀਤ ਸਿੰਘ ਜੀ ਨੇ ਸਾਨੂੰ ਦੱਸਿਆ ਵੀ ਮੈਂ ਗ੍ਰਿਲ ਟੁੱਟੀ ਹੋਈ ਦੇਖੀ ਆ ਵੀ ਕੋਈ ਇੱਦਾਂ, ਫਿਰ ਸਾਡੇ ਵੀ ਧੜਕੂ ਜਿਹਾ ਸੀਗਾ ਮਨ 'ਚ ਜਦੋਂ ਇਹਨਾਂ ਨੇ ਕਿਹਾ, ਅਸੀਂ ਕਿਹਾ ਕੋਈ ਗੱਲ ਨਹੀਂ ਅਸੀਂ ਆਉਂਦੇ ਹਾਂ ਅੱਜ ਹੀ। ਫਿਰ ਅਸੀਂ ਮਾਂਗੜ ਸਾਹਿਬ ਨੂੰ ਫੋਨ ਕੀਤਾ ਕੈਮਰੇ, ਮੈਂ ਕਿਹਾ ਜੀ ਤੁਸੀਂ ਤਿਆਰ ਕਰੋ, ਕਿਉਂਕਿ ਬਾਈ ਗੁਰਮੀਤ ਸਿੰਘ ਨੇ ਸਾਨੂੰ ਕਿਹਾ ਸੀ ਸਾਡੇ ਚਾਰ ਕੈਮਰੇ ਲੱਗੇ ਹੋਏ ਨੇ, DVR ਚਾਰ ਕੈਮਰੇ ਵਾਲਾ, ਅਸੀਂ ਅੱਠਾਂ ਵਾਲਾ ਲਿਆਇਆ ਸੀ ਵੀ ਚੱਲ ਆ ਚਾਰ ਸਾਡੇ ਹੋ ਜਾਣਗੇ, ਚਾਰ ਇਹਨਾਂ ਦੇ ਹੋ ਜਾਣਗੇ, ਆਪਾਂ ਇੱਕੋ ਥਾਂ 'ਤੇ ਲਾ ਲਾਂਗੇ। ਪਰ ਹੁਣ ਇੱਥੇ ਐਂ ਤੋਂ ਪਤਾ ਲੱਗਿਆ ਵੀ ਇਹਨਾਂ ਦਾ DVR ਅਲੱਗ ਤਰ੍ਹਾਂ ਦਾ, ਸਾਡੇ ਵਾਲਾ NVR ਆ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਅੱਜ ਅਸੀਂ ਕੈਮਰੇ ਚਲਾ ਕੇ ਇੱਥੋਂ ਫਿਰ ਵਾਪਸ ਜਾਵਾਂਗੇ, ਤਾਂ ਜੋ ਸਾਨੂੰ ਵੀ ਇਹ ਸੰਤੁਸ਼ਟੀ ਰਹੇ, ਕਿਉਂਕਿ ਚੋਰਾਂ ਦਾ ਕੁਛ ਨਹੀਂ ਪਤਾ, ਅੰਦਰ ਭਾਂਡੇ ਹੀ ਪਏ ਆ ਉਹੀ ਲੈ ਜਾਣ, ਲੋਕ ਤਾਂ ਟੂਟੀਆਂ ਤੱਕ ਨਹੀਂ ਛੱਡਦੇ, ਬੰਦ ਕੋਠੀਆਂ 'ਚ ਟੂਟੀਆਂ ਹੀ ਪੱਟ ਕੇ ਲੈ ਜਾਂਦੇ ਭੈਣੇ। ਅਤੇ ਇਹਨਾਂ ਦਾ ਦੇਖੋ ਜੀ ਜਿੰਦਾ ਭੰਨ ਕੇ ਭੈਣੇ ਆ, ਮੂਹਰਲਾ ਫਰੰਟ ਵਾਲਾ ਇੱਥੋਂ ਦੀ ਉਹਨਾਂ ਨੇ ਰਸਤਾ ਬਣਾ ਲਿਆ, ਗ੍ਰਿਲ ਤੋੜ ਕੇ ਸਮਾਨ ਹੌਲੀ ਹੌਲੀ ਕਰਕੇ ਲਈ ਜਾਂਦੇ, ਸ਼ਾਇਦ ਹੋਇਆ ਹੋਣਾ ਹੀ ਸੀ ਕਿਤੇ, ਨਹੀਂ ਤਾਂ ਉਹਨਾਂ ਨੇ ਸਾਰਾ ਸਮਾਨ ਸਫਾ ਕਰ ਦੇਣਾ ਸੀ ਹੌਲੀ ਹੌਲੀ। ਹਾਂ ਅੱਜ ਕੱਲ੍ਹ 'ਚ ਹੋਇਆ, ਹਾਂ ਅੱਜ ਕੱਲ੍ਹ 'ਚ, ਕਿਉਂਕਿ ਸੁਬਾਹ ਮੈਂ ਜਦੋਂ ਗੱਡੀ ਧੋ ਰਿਹਾ ਸੀ ਨਾ, ਇਹ ਮੁੰਡਾ ਡੌਗਸ ਵਾਲਾ ਇੱਥੇ ਆਇਆ, ਮੈਨੂੰ ਕਹਿੰਦਾ ਅੰਕਲ ਜੀ ਗ੍ਰਿਲ ਟੁੱਟੀ ਪਈ ਆ। ਮੈਂ ਇਮੀਡੀਏਟਲੀ ਜਾ ਕੇ ਫੋਨ ਚੱਕਿਆ, ਤੁਹਾਨੂੰ ਫੋਨ ਕਰ ਦਿੱਤਾ ਵੀ ਭਾਜੀ ਗ੍ਰਿਲ ਕੋਈ ਚੱਕ ਕੇ ਲੈ ਗਿਆ। ਤੁਹਾਡਾ ਫੋਨ ਆਇਆ ਥੋੜੇ ਟਾਈਮ ਬਾਅਦ ਵੀ ਗ੍ਰਿਲ ਹੈਗੀ ਆ। ਮੈਂ ਫਿਰ ਤੁਹਾਨੂੰ ਨਾਲ ਦੀ ਨਾਲ ਹੀ ਮਤਲਬ ਮੇਰੇ ਵਿਸ਼ੇ ਬਾਹਰ ਨਿਕਲੇ ਗੱਲ ਹੀ ਕਰ ਰਹੇ ਸੀ ਤੁਹਾਡੇ ਨਾਲ, ਤਾਂ ਮੈਂ ਦੱਸਿਆ ਭਾਜੀ ਵੀ ਗ੍ਰਿਲ ਤਾਂ ਪਈ ਆ ਪਰ ਅੰਦਰ ਰੱਖੀ ਪਈ ਆ, ਮੈਨੂੰ ਨਹੀਂ ਪਤਾ ਵੀ ਤੁਸੀਂ ਆਓ ਇਮੀਡੀਏਟਲੀ ਆਓ ਇੱਥੇ ਦੇਖੋ ਕੀ ਗੱਲ ਹੈ। ਤੇ ਫਿਰ ਤੁਹਾਡੀ ਮਜਬੂਰੀ ਸੀ ਕੋਈ ਕਾਰੋਬਾਰ 'ਚ ਸਾਰਾ ਦਿਨ ਸੇਵਾ ਦੇ ਵਿੱਚ ਲੱਗੇ ਆ ਕਿਤੇ ਨਾ ਕਿਤੇ, ਉਸ ਕਰਕੇ ਤੁਸੀਂ ਲੇਟ ਆਏ। ਹਾਂਜੀ, ਕਿਉਂਕਿ ਮੈਂ ਆਪ ਅੰਦਰ ਇਸ ਕਰਕੇ ਨਹੀਂ ਆਇਆ ਕਿ ਮੈਂ ਨਹੀਂ ਆਉਣਾ ਚਾਹੁੰਦਾ ਸੀ। ਨਹੀਂ ਠੀਕ ਆ, ਕੋਈ ਐਵੀਡੈਂਸ ਕੋਈ ਅਸੀਂ ਵੀ ਚਾਹੁੰਦੇ ਸੀ। ਜਦੋਂ ਮੈਂ ਨਾ ਸ਼ਾਮ ਨੂੰ ਜਦੋਂ ਤੁਰਨਾ ਸੀ, ਮੈਂ 4-5 ਮਤਲਬ 3 ਵਜੇ ਦੀ ਗੱਲ ਆ, ਮੈਂ ਬਾਪੂ ਜੀ ਕੋਲ ਗਿਆ। ਪਹਿਲਾਂ ਮੈਂ ਸੋਚਦਾ ਸੀ ਇਕੱਲੇ ਆ ਜਾਈਏ ਵੀ ਬਾਪੂ ਜੀ ਕਿਤੇ ਸ਼ੌਕ 'ਚ ਨਾ ਚਲੇ ਜਾਣ, ਕੋਈ ਟੈਨਸ਼ਨ ਨਾ ਲੈ ਜਾਣ, ਹੈ ਨਾ। ਫਿਰ ਮੈਂ ਬਾਪੂ ਜੀ ਕੋਲ ਗਿਆ, ਹਸਪਤਾਲ 'ਚ ਪਏ ਸੀ ਇਹ, ਮੈਂ ਕਿਹਾ ਬਾਪੂ ਜੀ ਉੱਠੋ ਸੁੱਤੇ ਪਏ ਸੀ, ਮੈਂ ਠਾਇਆ, ਮੈਂ ਕਿਹਾ ਜੀ ਆਪਾਂ ਮਾੜੀ ਕੋਠੀ ਚੱਲੀਏ। ਅਤੇ ਇਹ ਕਹਿੰਦਾ ਜੀ ਮਾੜੀ ਤਾਂ ਕੋਠੀ ਹੈ ਨਹੀਂ, ਕੋਈ ਵੇਚਤੀ ਆਪਾਂ। ਮੈਂ ਕਿਹਾ ਵੀ ਬਾਪੂ, ਮੈਂ ਕਿਹਾ ਕਿਤੇ ਕੋਈ ਸੁੱਤਾ ਪਈ ਹਜੇ ਗੱਲ ਕਰੀ ਜਾਂਦਾ ਬਾਪੂ, ਹੈ ਨਾ। ਮੈਂ ਕਿਹਾ ਬਾਪੂ ਮਾੜੀ ਵਾਲੀ ਕੋਠੀ ਹੈ, ਕਹਿੰਦਾ ਨਹੀਂ ਮਾੜੀ ਵਾਲੀ ਤਾਂ ਵੇਚਤੀ। ਫਿਰ ਮੇਰੇ ਦਿਮਾਗ 'ਚ, ਮੈਂ ਕਿਹਾ ਨਹੀਂ ਸਨੀ ਐਨਕਲੇਵ ਵਾਲੀ, ਕਹਿੰਦਾ ਹਾਂ ਉੱਥੇ ਹੈਗੀ ਆ। ਮੈਂ ਕਿਹਾ ਚੱਲੀਏ ਵੀ ਜਾਣਾ ਉੱਥੇ, ਮੈਂ ਉੱਧਰ ਨੂੰ ਚੱਲਿਆ ਕੰਮ ਆ ਕੋਈ, ਤੁਸੀਂ ਚੱਲੋਗੇ ਨਾਲ? ਇਹ ਜਦੀ ਉੱਠ ਕੇ ਤਿਆਰ ਹੋ ਗਏ, ਕਹਿੰਦਾ ਚਲੋ ਚੱਲੀਏ, ਚੱਲਦੇ ਹਾਂ, ਕਹਿੰਦਾ। ਫਿਰ ਮੈਨੂੰ ਐਂ ਲੱਗਿਆ ਵੀ ਹੌਸਲੇ 'ਚ ਆ ਵੀ ਚਲੋ ਇਹਨਾਂ ਨੂੰ ਅਸੀਂ ਤਿਆਰ ਕੱਪੜੇ ਕੋਟ ਪਾਇਆ, ਮੈਂ ਕਿਹਾ ਚਲੋ ਚੱਲਦੇ ਹਾਂ। ਫਿਰ ਰਸਤੇ 'ਚ ਇਹਨਾਂ ਨਾਲ ਅਸੀਂ ਕੋਈ ਗੱਲ ਨਹੀਂ ਕੀਤੀ, ਮੈਨੂੰ ਐਂ ਸੀ ਵੀ ਰਾਹ ਜਾਂਦਾ ਜਾਂਦਾ ਬੰਦਾ ਸੋਚੀ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ ਹੋਊ, ਕੀ ਹੋ ਗਿਆ ਹੋਊ, ਹੈ ਨਾ। ਤਾਂ ਫਿਰ ਇੱਥੇ ਆ ਕੇ ਹੁਣ ਪਤਾ ਲੱਗਿਆ, ਕੋਈ ਟੈਨਸ਼ਨ ਤਾਂ ਨਹੀਂ? ਹਾਂ, ਕੋਈ ਟੈਨਸ਼ਨ ਨਾ ਲਿਓ। ਦੇਖੋ ਆਪਣੀ ਰਜਿਸਟਰੀ ਮੇਨ ਸੀਗੀ, ਉਹ ਤੁਹਾਡੇ ਕੋਲ ਹੈਗੀ ਆ, ਹੈ ਨਾ। 10-12 ਹਜ਼ਾਰ ਰੁਪਇਆ ਸੀ ਉਹ ਵੀ ਹੈਗਾ, ਕੋਈ ਹੋਰ ਬਾਪੂ ਵਾਕਿਆ ਕੋਈ ਸੋਨਾ ਗਹਿਣਾ ਗੱਟਾ ਤਾਂ ਨਹੀਂ ਪਿਆ ਸੀ? ਪੱਕੀ ਗੱਲ ਆ, ਕੋਈ ਲੋਕਰ ਲੂਕਰ 'ਚ ਕੋਈ ਚੀਜ਼ ਹੋਵੇ ਇੱਦਾਂ ਦੀ, ਕੁਛ ਨਹੀਂ ਸੀ, ਹੈ ਨਾ। ਚਲੋ ਮਹਾਰਾਜ ਦੀ ਬੜੀ ਕਿਰਪਾ ਹੋ ਗਈ ਆ, ਹੁਣ ਆਪਾਂ ਇਹਨੂੰ ਹੈਂਜੀ ਪਹਿਲਾਂ ਹੀ ਚਲਿਆ, ਉੱਥੋਂ ਹੀ ਕੋਠੀ 'ਚ ਚੋਰੀ ਹੋ ਗਿਆ ਸੀ, ਹੈ ਨਾ। 9 ਫੇਸ ਵਾਲੀ ਕੋਠੀ 'ਚੋਂ ਚੋਰੀ ਹੋ ਗਿਆ ਸੀ ਸਾਰਾ ਕੁਛ? ਅੱਛਾ, ਇੱਥੇ ਵੀ ਹੋ ਗਿਆ ਸੀ ਆ ਕੇ? ਹਾਂ, ਉੱਥੇ 9 ਫੇਸ ਸੀ ਨਾ ਤੁਸੀਂ, ਉਦੋਂ 9 ਫੇਸ ਵਾਲੀ 'ਚ ਚੋਰੀ ਹੋਇਆ ਸੀ ਨਾ, ਜਦੋਂ ਰਾਮ ਵਾਲੇ ਸਾਹਿਬ ਦੀ ਕੋਠੀ ਦੇ ਨਾਲ ਉਹ ਪੈਸੇ ਸਿੱਟ ਕੇ ਭੱਜ ਗਏ ਸੀ, 4,80,000 ਰੁਪਇਆ ਦੱਸਦੇ ਸੀ ਕੁਛ ਪਾਰਕ 'ਚ ਨੋਟਾਂ ਦੇ ਉੱਤੇ, ਇੱਕ ਓਂਕਾਰ ਸਤਨਾਮ ਲਿਖਿਆ ਹੋਇਆ ਸੀਗਾ ਬੱਚਿਆਂ ਨੇ ਆਪਣਿਆਂ ਨੇ। ਤੇ ਉੱਥੇ ਵੀ ਯਾਨੀ ਕਿ ਉਹ ਬੜਾ ਅਨਲਿਮਿਟਡ ਜਿਹਾ ਕੁਛ ਸੀਗਾ ਬਾਪੂ ਜੀ ਕੋਲ, ਕਿਉਂਕਿ ਉਸ ਟਾਈਮ ਬਾਪੂ ਜੀ ਦੀ ਨੌਕਰੀ ਤੋਂ ਛੁੱਟ ਆਏ ਸੀ, ਪੈਸਾ ਸੀਗਾ ਕੋਲੇ, ਹੈ ਨਾ, ਜਾਂ ਕਿਵੇਂ ਵੀ, ਚਲੋ ਆਪਾਂ ਉਸ ਚੀਜ਼ 'ਚ ਨਹੀਂ ਪੈਂਦੇ ਗੇ, ਛੱਡੋ ਜੋ ਹੋ ਗਿਆ। ਪਰ ਅੱਜ ਸਾਡੀ ਡਿਊਟੀ ਬਣਦੀ ਆ, ਜੇ ਸਾਡਾ ਬਾਪ ਸਾਡੇ ਕੋਲੇ ਆ ਤੇ ਸਾਡੇ ਬਾਪੂ ਦੇ ਘਰ ਦੀ ਜ਼ਿੰਮੇਵਾਰੀ ਵੀ ਸਾਡੀ ਆ। ਤੇ ਜਿੱਦਾਂ ਸੰਗਤ ਨੂੰ ਪਤਾ ਅਸੀਂ ਕੋਈ
ਚੱਕਰ ਦੇ ਵਿੱਚ ਅਸੀਂ ਵਾਪਸ ਨਹੀਂ ਸੀ ਇੱਥੇ ਆਏ ਇਕੱਲੇ। ਅੱਜ ਸਾਨੂੰ ਮਜਬੂਰੀ ਵਾਸਤੇ ਆਉਣਾ ਪਿਆ ਅਤੇ ਇੱਥੋਂ ਦੇ ਅਸੀਂ ਹੁਣ ਪੁਲਿਸ ਵਾਲਿਆਂ ਨੂੰ ਵੀ ਸੱਦ ਕੇ ਗੱਲ ਕਰਾਂਗੇ। ਅਮਿਤ ਨੇ ਕਾਲ ਕੀਤੀਆਂ ਵੀ ਆ, ਉਹ ਕੋਈ ਆਇਆ ਨਹੀਂ ਸਵੇਰ ਦਾ, ਕੋਈ ਰਿਸਪੋਂਸੀਬਿਲਟੀ ਅਤੇ ਪਰ ਅਸੀਂ ਵੀ ਸਮਝਦੇ ਹਾਂ ਇਸ ਟਾਈਮ ਤਾਂ ਵੋਟਾਂ ਦਾ ਟਾਈਮ ਆ, ਉਹਨਾਂ ਦੀਆਂ ਵਿਚਾਰਿਆਂ ਦੀਆਂ ਹੁਣ ਡਿਊਟੀਆਂ ਲੱਗੀਆਂ ਸਲੂਟ ਮਾਰਨ 'ਤੇ, ਉਹਨਾਂ ਨੇ ਹੁਣ ਦੋ ਢਾਈ ਮਹੀਨੇ ਆਈ ਕਰਨਾ ਰੈਲੀਆਂ ਰੂਲੀਆਂ 'ਚ ਇੱਧਰੋਂ ਉੱਧਰ, ਸਾਡੀ ਇਸ ਕੋਠੀ ਦਾ ਕਿਹਨੇ ਖਿਆਲ ਰੱਖਣਾ ਸੀ? ਇਹ ਤਾਂ ਸਾਨੂੰ ਆਪ ਹੀ ਜ਼ਿੰਮੇਵਾਰੀ ਤੈਅ ਕਰਨੀ ਪੈਣੀ ਆ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ, ਹੁਣ ਵੀ ਅੱਗੋਂ ਵੀ ਕਰਾਂਗੇ, ਹੋਰ ਬਾਕੀ ਸਾਰੇ ਆਸ ਪਾਸ ਦੇ ਲੋਕ ਸਾਡੇ ਨਾਲ ਸਹਿਮਤ ਆ ਜੀ, ਤੁਸੀਂ ਪਲੀਜ਼ ਸਾਡਾ ਸਾਥ ਦਿਓ, ਹੈ ਨਾ। ਆਪਾਂ ਇੱਥੇ ਅਸੀਂ ਕੈਮਰੇ ਲਗਾ ਦਿੰਦੇ ਹਾਂ, ਤੁਸੀਂ ਵਿਜ਼ਿਟ ਆ ਕੇ ਗੇੜਾ ਗੂੜਾ ਜ਼ਰੂਰ ਮਾਰ ਜਾ ਕਰੋ, ਹੈ ਨਾ, ਆਲੇ ਦੁਆਲੇ ਹਰਮਨ, ਹੈ ਨਾ। ਹਾਂ ਜ਼ਰੂਰ, ਆਪਾਂ ਅੰਦਰ ਨਹੀਂ ਨਾ ਆ ਸਕਦੇ ਆਪਾਂ। ਅੱਛਾ 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 ਜਿੱਥੇ, ਹਾਂ ਉਹ ਤੁਹਾਡੇ ਵਾਈਫ ਮਿਲੇ ਸੀ ਉਸ ਦਿਨ ਮੈਨੂੰ, ਉਸ ਦਿਨ ਤੁਹਾਡੇ ਵਾਈਫ ਮਿਲੇ ਸੀ ਸਾਨੂੰ। ਹਾਂ ਹਾਂ ਠੀਕ ਆ, ਤੁਸੀਂ ਵੀਡੀਓ ਬਣਾਈ ਸੀ ਜੀ ਤੁਹਾਡੀ ਵਿੱਚ ਖੜਿਆਂ ਦੀ। ਹਾਂਜੀ ਹਾਂਜੀ, ਇਹਨਾਂ ਨੇ ਜੀ ਤੁਹਾਡੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੀ ਵੀ ਇੱਕ ਏਦਾਂ ਆਇਆ ਸੀ, ਮੈਂ ਘਰੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੁਹਾਡੇ ਕੋਲ ਆ ਕੇ ਗਿਆ ਸੀ। ਵਾਹਿਗੰਗੂ ਵਾਹਿਗੰਗੂ, ਦੀਵਾਲੀ ਸੀ ਕਿ ਦੀਵਾਲੀ ਵਾਲੇ ਦਿਨ ਪਰ ਜਿਹਦੇ ਨਾਲ ਮੈਂ ਆਇਆ ਜੀ, ਮਤਲਬ ਮੇਰਾ ਤਾਂ ਅਸੀਂ ਬਾਬਾ ਜੀ ਨਾਲ ਪਿਆਰ ਸੀ, ਮਤਲਬ ਗੱਲਬਾਤ ਕਰ ਲੈਣੀ ਤੇ ਸਫਾਈ ਸਫੀ ਸਾਰੀ ਬਾਹਰ ਕਰਾ ਦੇ ਸੀ। ਚਲੋ ਯਾਰ, ਇੱਕ ਲੱਖ ਹੀ ਫਰਜ਼ ਬਣਦਾ ਸਾਡਾ, ਇਹ ਤੁਹਾਡਾ। ਤੁਸੀਂ ਤਾਂ ਦੱਸਿਆ ਵੀ ਇੱਥੇ ਬੂਝੇ ਸੀ ਬਹੁਤ ਵੱਡੇ ਵੱਡੇ, ਤੁਸੀਂ ਤੁਸੀਂ ਫਿਕਰ ਨਾ ਕਰੋ, ਸਵੇਰੇ ਕੈਮਰੇ ਤੁਸੀਂ ਲੈ ਆਇਓ, ਕੱਲ ਮੈਂ ਇੰਸਟਾਲ ਕਰਾ ਦਾਂਗਾ ਜੀ। ਨਹੀਂ, ਸਾਡਾ ਇੰਸਟਾਲ ਵਾਲਾ ਬੰਦਾ ਹੈਗਾ ਇੱਥੇ, ਹਾਂ ਕਰਕੇ। ਮਤਲਬ ਜਿਵੇਂ ਤੁਸੀਂ ਜਾਣਾ ਵੀ ਲੁਧਿਆਣੇ ਹੈਗਾ, ਹਾਂ ਸਵੇਰੇ ਮੇਰੇ ਕੋਲ ਬੰਦਾ ਹੈਗਾ, ਮੈਂ ਇੰਸਟਾਲ ਕਰਾ ਦਾਂਗਾ। ਨਹੀਂ ਕੋਈ ਨਾ, ਇਹ ਆਜੂ ਹਰਮਨ। ਹਾਂ ਕੋਈ ਨਾ, ਆਪਾਂ ਇਹ ਦੇਖਦੇ ਹਾਂ। ਪਰ ਥੈਂਕ ਯੂ ਬਾਈ ਜੀ, ਤੁਹਾਡਾ ਵੀ ਸਾਰਿਆਂ ਦਾ ਜੀ, ਤੇ ਇਹਨਾਂ ਨਾਲ ਤੁਹਾਡੀ ਬਹੁਤ ਹਨਾ ਸੀਗੀ। ਮੈਂ ਰਾਹ 'ਚ ਵੀ ਬਾਪੂ ਜੀ ਨਾਲ ਗੱਲ ਕਰਦਾ ਆਇਆ, ਕਹਿੰਦੇ ਗੁਰਬੀਰ ਸਿੰਘ ਨਾਲ, ਮੈਂ ਕਿਹਾ ਵੀ ਤੁਹਾਡੀ ਆਂਢ ਗੁਆਂਢ ਕਿਹਨਾਂ ਨਾਲ ਜ਼ਿਆਦਾ, ਇੱਕ ਦੱਸਦੇ ਕੋਈ ਕਰਨਲ ਸਾਹਿਬ ਨੇ ਕੋਠੀ ਪਾਈ ਹੈ ਇੱਥੇ ਕੋਈ, ਹੈ ਨਾ, ਦੱਸਦੇ। ਹਾਂ ਹਾਂ ਅੰਕਲ ਦੱਸਦੇ ਸੀ ਉਹਨਾਂ ਬਾਰੇ, ਤੇ ਚਲੋ ਜੋ ਹੋਣਾ ਸੀ ਉਹਨਾਂ ਦੇ ਕਰਮਾਂ ਦਾ ਸੀ ਬਾਪੂ, ਉਹਨਾਂ ਦਾ ਹੀ ਸੀ ਜੋ ਲੈ ਗਏ ਕਿ ਨਹੀਂ। ਅਜੇ ਵੀ ਸ਼ੁਕਰ ਹੈ ਜੀ, ਇਹ ਪਤਾ ਲੱਗ ਗਿਆ, ਇਨਫੋਰਮੇਸ਼ਨ ਹੋ ਗਈ, ਤੁਸੀਂ ਮੌਕੇ ਤੇ ਆ ਗਏ। ਨਹੀਂ ਹੋ ਸਕਦਾ ਰਾਤ ਨੂੰ ਕੀ ਕੁਛ ਲੈ ਜਾਂਦੇ, ਜਿਹੜਾ ਕੁਛ ਛੱਡਣਾ ਨਹੀਂ ਸੀ ਉਹਨਾਂ ਨੇ, ਜਿਹੜੇ ਬੰਦੇ ਇੱਕ ਸਿਲੰਡਰ ਹੋ ਸਕਦਾ ਦੇਖ ਕੇ ਸਾਰਾ ਕੁਝ ਗਏ ਹੋਣ, ਸਾਰਾ ਕੁਝ ਸ਼ਨਾਖਤ ਕਰ ਗਏ ਸੀ ਆਪਦੇ ਸਿਸਟਮ ਨਾਲ ਕਰ ਗਏ ਸੀ। ਮੇਰੇ ਭਾਈ ਸਾਹਿਬ ਦੇ ਅੱਜ ਪਿਛਲੇ 25 ਦਿਨ ਹੋ ਗਏ, ਕੋਈ 15-20 ਦਿਨ ਉਹਨਾਂ ਦੇ ਘਰੇ ਦਿਨ ਦਿਹਾੜੇ ਬੰਦੇ ਆਏ, ਤਾਂ ਕੁਦਰਤੀ ਮੈਂ ਕੋਠੇ ਤੇ ਚੜ ਗਿਆ, ਤਾਂ ਮੈਂ ਇੱਟ ਮਾਰੀ ਉਹਨਾਂ ਦੇ, ਮੇਰੇ ਕੈਮਰੇ 'ਚ ਰਿਕਾਰਡ ਹੋਇਆ ਉਸ ਤਰ੍ਹਾਂ ਹੀ। ਕਿੱਥੇ ਸੀ? ਕੋਟਕਪੂਰੇ। ਹਾਂਜੀ ਕੋਟਕਪੂਰੇ ਗਿਆ, ਮੈਂ ਤੁਹਾਨੂੰ ਦੱਸਿਆ ਜੀ। ਹਾਂਜੀ ਹਾਂਜੀ ਹਾਂਜੀ, ਉੱਥੇ ਕੋਟਕਪੂਰੇ, ਮਤਲਬ ਉਹ ਅਮਰੀਕਾ ਤੋਂ ਮੇਰਾ ਭਾਈ ਸਾਹਿਬ 6 ਮਹੀਨੇ ਲਾ ਕੇ ਆਉਣੇ ਸੀ, ਜਿਹੜਾ ਕਿ 25 ਦਿਨਾਂ ਬਾਅਦ ਵਾਪਸ ਆ ਗਿਆ। ਅੱਛਾ, ਉਹਦੇ ਅੰਦਰ ਬੰਦੇ ਜਾ ਵੜੇ, ਉਹਦੇ ਅੰਦਰ ਬੰਦੇ ਜਾ ਵੜੇ, ਵੀਡੀਓ ਹੈਗੀ ਮੇਰੇ ਕੋਲ। ਦੇਖੋ ਦਿਨ ਅਸਲ 'ਚ ਨਹੀਂ, ਸਾਡੇ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਦਰਿਆ ਵਗ ਗਿਆ, ਉਹਨੇ ਵੀ ਸਾਡੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਇਸ ਪਾਸੇ ਨੂੰ ਲਾਤਾ, ਬੱਚਿਆਂ ਦਾ ਬੇੜਾ ਗਰਕ, ਬੱਚਿਆਂ ਦਾ, ਚੰਗੇ ਚੰਗੇ ਘਰਾਂ ਦੇ ਬੱਚੇ ਜਿਹੜੇ ਇਦਾਂ ਦੀਆਂ ਕੋਠੀਆਂ ਦੇ ਮਾਲਕ ਸੀ, ਉਹ ਅੱਜ ਇਹਨਾਂ ਕੋਠੀਆਂ ਚੋਰੀਆਂ ਕਰਦੇ ਫਿਰਦੇ ਨੇ, ਜਿਹੜੇ ਬੱਚੇ ਸਾਡੇ ਬਾਹਰ ਜਾਂਦੇ ਇਸੇ ਕਰਕੇ ਜਾ ਰਹੇ, ਅਸੀਂ ਭੇਜ ਕਿਉਂ ਰਹੇ ਇਸੇ ਕਰਕੇ ਭੇਜ, ਡਰ ਲੱਗਦਾ ਸਾਨੂੰ, ਬੱਚਿਆਂ ਦੀ ਜ਼ਿੰਦਗੀ ਨਹੀਂ ਹੈਗੀ, ਕੋਈ ਸੇਫ ਨਹੀਂ, ਕੋਈ ਐਮਏ ਬੀਐਡ ਕੋਈ ਕੁਛ ਇੰਨਾ ਪੜਿਆ ਉਹ ਵਿਚਾਰਾ ਤੁਰਿਆ ਫਿਰਦਾ, ਚੰਗੀ ਜੋਬ ਉਹਨੂੰ ਮਿਲਦੀ ਨਹੀਂ, ਮਾੜਾ ਉਹ ਕੰਮ ਕਰ ਨਹੀਂ ਸਕਦਾ ਇੰਨਾ ਪੜ੍ਹ ਲਿਖ ਕੇ। ਜਿਹੜਾ ਬੰਦੇ ਨੇ ਐਸਡੀਓ ਦਾ ਕੋਰਸ ਕੀਤਾ ਉਹਨੂੰ ਜੇ ਅਸੀਂ ਕਹੀਏ ਯਾਰ ਪੀਐਨ ਲੱਗ ਜਾ 1000 ਰੁਪਇਆ ਲੈ ਲਾ, ਉਹ ਕਿੱਥੋਂ ਲਊਗਾ? ਆ ਹਾਲਾਤ ਹੈ ਸਾਡੇ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ, ਬਿਲਕੁਲ ਸ਼ੱਕ ਨਹੀਂ ਕੋਈ ਜੀ ਇਹਦੇ 'ਚ। ਪਰ ਇਹ ਤਾਂ ਜਿੱਦਾਂ ਹੁਣ ਸੰਘਰਸ਼ ਲੜਿਆ ਕਿਸਾਨਾਂ ਨੇ, ਇੱਦਾਂ ਦਾ ਕੋਈ ਪੰਜਾਬ ਦੇ ਲੋਕ ਸੰਘਰਸ਼ ਲੜਨਗੇ ਕਿਸੇ ਟਾਈਮ, ਫਿਰ ਇਹ ਸਾਰਾ ਸੁਧਾਰ ਹੋਣਾ ਜੀ, ਹੈ ਨਾ। ਚਲੋ ਠੀਕ ਹੈ ਜੀ, ਜਿੰਨੇ ਭੈਣ ਭਰਾ ਸਾਡੇ ਲਾਈਵ ਦੇ ਵਿੱਚ ਸਾਨੂੰ ਦੇਖ ਰਹੇ, ਕਰੀਬ 1000-1500 ਤੋਂ ਵੱਧ ਲੋਕ ਜੁੜੇ ਹੋਏ ਇਸ ਟਾਈਮ, ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ। ਨਹੀਂ ਆਪਾਂ ਹੁਣ ਲੋਕ ਲਾਉਂਦੇ ਹਾਂ, ਵੱਡਾ ਲੋਕ ਲਵਾ ਮੰਗਾ ਕੇ ਨਾ ਆਪਾਂ ਨਵਾਂ ਲਾਉਂਦੇ ਹਾਂ, ਨਾਲੇ ਇੱਥੇ ਕੈਮਰਾ ਲਾ ਦਿੰਦੇ ਹਾਂ ਬਾਹਰਲੇ ਪਾਸੇ, ਇਹਨਾਂ ਤੋਂ ਲਾਈਟ ਦੀ ਤਾਰ ਲੈ ਕੇ ਨਾ ਇੱਥੋਂ ਕਨੈਕਸ਼ਨ, ਫਿਰ ਆਪਾਂ ਚਲਾ ਦਿੰਦੇ ਇੱਥੋਂ ਕੈਮਰਾ ਬਾਹਰੋਂ ਬਾਹਰ। ਠੀਕ ਹੈ ਜੀ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ, ਅਤੇ ਜ਼ਰੂਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ, ਲੋਕ ਅਵੇਅਰ ਹੋ ਸਕਣ। ਹਾਂ ਉਹ ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।